ਸ੍ਰੀ ਦਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਮ ਹਿਰਦੈ ਧਿਆਮ ਸ੍ਰੀ ਗੁਰੂ ਰਾਮਦਾਸ ਗੁੰਗਾਵਾਂ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸੇਰੇ ਹਰ ਗੋਬਿੰਦ ਸਬ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਅਕਿਰਪਾਲਾ ਪਰਮ ਅਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾ ਲਾ ਤਰੋ ਧਰ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਦ ਬਾਦ ਜਗਦੀਸ਼ ਜਿਸਮੇ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰ ਸਤਗੁਰ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਹਿ ਬਿਗਨ ਬਿਨਾਸਨ ਸੋ ਤਨੁ ਤਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਸੱਚੇ ਪਾਤਸ਼ਾਹ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰਬ੍ਰਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਪਤ ਰੱਖਣ ਵਾਲੇ ਤਨ ਤਨ ਸਤਿਗੁਰੂ ਗਰੀਬ ਨਵਾਦ ਅੰਤਰਜਾਮੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਪਿੰਨਾ ਕੀਰਤਨ ਔਰ ਵਾਹਿਗੁਰੂ ਗੁਰਮੰਤਰ ਦਾ ਜਾਪ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਭ ਸੰਗਤਾਂ ਨੇ ਕੀਤਾ ਹੈ ਆਓ ਪਿਆਰ ਨਾਲ ਸਾਰੀ ਸੰਗਤ ਦਾਸ ਦੀ ਆਪਣੀ ਹਾਜ਼ਰੀ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਉਂਦਿਆਂ ਹੋਇਆ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤਾਨਾ ਤਾਨਾ ਸੱਤੇ ਪਾਤਸ਼ਾਹ ਗਰੀਬ ਨਿਵਾਜ਼ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲੜੀਵਾਰ ਕਥਾ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋਂ ਹਜ਼ੂਰ ਗਰੀਬ ਨਿਵਾਜ਼ ਦੀਨ ਦੁਨੀਆ ਦਾ ਭਲਾ ਕਰਨ ਵਾਸਤੇ ਵਿਚਰ ਰਹੇ ਐ ਸਹਿਬਜ਼ਾਦੇ ਸ਼ਹੀਦ ਹੋਏ ਐ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਲਖਮੀਰ ਸ਼ਮੀਰ ਦੇ ਕੋਲੋਂ ਹੋ ਕੇ ਰਾਏ ਕੱਲੇ ਨੂੰ ਨਿਹਾਲ ਕੀਤਾ ਲਖਮੀਰ ਸ਼ਮੀਰ ਕੋਲ ਗਏ ਔਰੇ ਤੋਂ ਬਾਅਦ ਗਰੀਬ ਨਵਾਜ਼ ਸੱਚੇ ਪਾਤਸ਼ਾਹ ਚੱਲਦੇ ਆ ਚੱਲਦੇ ਆ ਭਾਈ ਭਗਤਾ ਨਗਰ ਵਿੱਚ ਪਹੁੰਚੇ ਆ ਖੁਦ ਹੀ ਕਥਾ ਸੱਚੇ ਪਾਤਸ਼ਾਹ ਨੇ ਦੱਸੀ ਹੈ ਇਹਰੇ ਤੋਂ ਬਾਅਦ ਭਾਈ ਮਾਨ ਸਿੰਘ ਜੀ ਭਾਈ ਭਗਤਾ ਜੀ ਦੇ ਵੱਡੇ ਸੁਪੁੱਤਰ ਭਾਈ ਗੁਰਦਾਸ ਇੱਕ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਸਾਹਿਬ ਦੇ ਸਮੇਂ ਹੋਏ ਆ ਏ ਭਾਈ ਭਗਤਾ ਜੀ ਦੇ ਪੁੱਤਰ ਨੇ ਇਹਨਾਂ ਦਾ ਨਾਮ ਵੀ ਭਾਈ ਗੁਰਦਾਸ ਜੀ ਹੈ ਜੀ ਭਾਈ ਗੁਰਦਾਸ ਜੀ ਨੂੰ ਪੁੱਛਿਆ ਵੀ ਦੱਸੋ ਕੀ ਖੇੜ ਹੈ ਤੁਸੀਂ ਭਾਈ ਬਦੋ ਜੀ ਦੀ ਅਨਸਬੰਸ ਵਿੱਚੋਂ ਆਪਣੀ ਅਨਸਬੰਸ ਦੇ ਬਾਰੇ ਦੱਸੋ ਫਿਰ ਭਾਈ ਭਗਤਾ ਜੀ ਦੇ ਦੇ ਪੁੱਤਰ ਭਾਈ ਗੁਰਦਾਸ ਜੀ ਨੇ ਸਾਰੀ ਗੱਲ ਦੱਸੀ ਜੀ ਦੱਸੀ ਸਾਡੇ ਵੱਡੇ-ਵਡੇਰੇ ਭਾਈ ਬੈਲੋ ਜੀ ਦੇ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਜੀ ਕਿਵੇਂ ਕਿਰਪਾ ਕੀਤੀ ਉਹ ਵੀ ਤੁਸੀਂ ਸਾਰਾ ਸੁਣਿਆ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਭਾਈ ਬੈਲੋ ਜੀ ਐ ਟਿਕ ਗਏ ਜੀ ਨਾ ਬਹੁਤਾ ਬੋਲਣਾ ਨਾ ਕਹਿ ਦੀ ਬਹੁਤੀ ਗੱਲ ਸੁਣਨੀ ਆਪਣੇ ਰਸ ਵਿੱਚ ਬੈਠੇ ਰਹਿਣਾ ਤੇ ਲੀਨ ਰਹਿਣਾ ਜੀ ਜਿੱਧਰ ਵੇਖਣਾ ਉਧਰ ਵੇਖੀ ਜਾਣਾ ਤੇ ਅੰਦਰ ਦੀ ਸੁਰਤ ਰੱਬ ਵਿੱਚ ਲਾਈ ਰੱਖਣੀ ਭਾਈ ਬੈਲੋ ਜੀ ਦਾ ਜੀਵਨ ਬੜੇ ਚੜ੍ਹਦੀ ਕਲਾ ਵਾਲਾ ਤੇ ਗੁਰਮੁਖਾਂ ਵਾਲਾ ਬਣ ਗਿਆ ਜੀ ਭਾਈ ਬੈਲੋ ਜੀ ਦੇ ਘਰ ਵਿੱਚ ਅੱਗੋਂ ਇੱਕ ਪੁੱਤਰ ਸੀਗਾ ਜਿਹਦਾ ਨਾਮ ਸੀ ਭਾਈ ਨਾਨੂ ਜੀ ਭਾਈ ਨਾਨੂ ਜੀ ਦੇ ਘਰ ਵਿੱਚ ਅੱਗੋਂ ਤਿੰਨ ਪੁੱਤਰ ਸਨ ਉਹਨਾਂ ਦੇ ਬਾਰੇ ਸਾਧ ਸੰਗਤ ਜੀ ਆਪ ਜੀ ਨੇ ਸਾਰੀ ਕਥਾ ਸੁਣੀ ਇੱਕ ਦਿਨ ਭਾਈ ਬਹਿਲੋ ਜੀ ਨੂੰ ਮਿਲਣ ਵਾਸਤੇ ਗੁਰੂ ਕੀ ਸੰਗਤ ਆਈ ਜੀ ਤੇ ਭਾਈ ਬਹਿਲੋ ਜੀ ਦੇ ਅੰਦਰ ਚਾ ਜਾਗਿਆ ਗੁਰਸਿੱਖ ਗੁਰਮੁਖ ਭਗਤੀ ਵਾਲੇ ਪਿਆਰਿਓ ਗੁਰੂ ਕੀ ਸਾਧ ਸੰਗਤ ਵਾਸਤੇ ਗੁਰੂ ਕੀ ਸੰਗਤ ਦੀ ਸੇਵਾ ਵਿੱਚ ਸਾਰਾ ਕੁਝ ਈ ਲਾ ਦਿੰਦੇ ਜੀ ਆਪਣਾ ਭਾਈ ਬਹਿਲੋ ਜੀ ਨੇ ਸੋਚਿਆ ਗੁਰੂ ਕੀ ਸੰਗਤ ਆਈ ਹੈ ਤੇ ਸੰਗਤ ਦੇ ਚਰਨ ਜਿਹੜੇ ਹਨ ਨਾ ਉਹ ਪ੍ਰਾਤ ਦੇ ਵਿੱਚ ਧਵਾਏ ਜਾਣ ਜੀ ਇੱਕ ਸੇਵਕ ਨੂੰ ਆਖਿਆ ਜਾ ਭਾਈ ਸਾਡੇ ਘਰ ਇੱਕ ਵੱਡੀ ਪ੍ਰਾਤ ਹੈ ਉਹ ਪ੍ਰਾਤ ਵਿੱਚ ਗੁਰੂ ਕੀ ਸੰਗਤ ਦੇ ਚਰਨ ਧਵਾਉਣੇ ਆ ਤੇ ਪ੍ਰਾਤ ਲੈ ਕੇ ਆ ਜਦੋਂ ਉਸ ਸੇਵਕ ਨੇ ਗੱਲ ਸੁਣੀ ਉਹ ਘਰ ਵਿੱਚ ਗਿਆ ਜੀ ਅੱਗੋਂ ਭਾਈ ਬੈਲੋ ਜੀ ਦੀ ਜਿਹੜੀ ਨੋਂ ਸੀ ਨਾ ਜੀ ਉਹ ਉਸ ਪ੍ਰਾਤ ਵਿੱਚ ਆਪਣੇ ਪੁੱਤਰਾਂ ਨੂੰ ਨਿਵਾ ਰਹੀ ਸੀ ਜੀ ਗਰਮੀਆਂ ਦਾ ਮੌਸਮ ਸੀ ਠੰਡਾ ਜਲ ਕਰਕੇ ਪੁੱਤਰਾਂ ਨੂੰ ਨਿਵਾ ਰਹੀ ਸੀ ਪ੍ਰਾਤ ਵੱਡੀ ਸੀ ਦਾਸ ਨੇ ਕੱਲ ਵੀ ਬੇਇੰਤਿ ਕੀਤੀ ਛੋਟੇ ਬੱਚਿਆਂ ਨੂੰ ਪ੍ਰਾਤਾਂ ਵਿੱਚ ਨਵਾਉਂਦੇ ਸਨ ਇਹ ਤੇ ਮੈਂ ਖੁਦ ਵੇਖਿਆ ਜੀ ਪ੍ਰਾਣੀਆਂ ਮਾਈਆਂ ਇਸ ਤਰ੍ਹਾਂ ਕਰਦੀਆਂ ਸਨ ਧਾਈ ਬਹਿਲੋ ਜੀ ਦੀ ਨੌ ਨੇ ਇਹ ਬਚਨ ਕਰਤਾ ਬਿਪਰਾਤ ਵੇਲੇ ਹੀ ਨਹੀਂ ਹੈਗੀ ਪ੍ਰਾਤ ਮੈਂ ਆਪਣੇ ਪੁੱਤਰਾਂ ਦੇ ਇਸ਼ਨਾਨ ਵਾਸਤੇ ਵਰਤ ਰਹੀ ਹੈ ਜਦੋਂ ਗੁਰੂ ਕੇ ਸਿੱਖ ਨੇ ਉਸ ਸੇਵਕ ਨੇ ਭਾਈ ਬੈਲੋ ਜੀ ਨੂੰ ਦੱਸਿਆ ਨਾ ਕਿ ਵੀ ਨੌ ਨੇ ਇਹ ਆਖਿਆ ਵੀ ਜਿਹੜੀ ਪ੍ਰਾਤ ਹੈ ਉਹ ਪੁੱਤਰਾਂ ਦੇ ਨਵਾਉਣ ਵਾਸਤੇ ਵਰਤੀ ਜਾ ਰਹੀ ਹੈ ਤੇ ਭਾਈ ਬੈਲੋ ਜੀ ਫਿਰ ਮਨ ਵਿੱਚ ਵਿਚਾਰ ਕੀਤੀ ਵੀ ਮੇਰੀ ਨੌ ਦੇ ਮਨ ਵਿੱਚ ਹੰਕਾਰ ਆ ਗਿਆ ਪੁੱਤਰਾਂ ਦਾ ਜੀ ਤਿੰਨ ਪੁੱਤਰ ਨੇ ਤੇ ਪੁੱਤਰਾਂ ਨੂੰ ਨਿਮਾਉਣਾ ਤੇ ਸੰਗਤ ਦੇ ਚਰਨ ਧਵਾਉਣ ਵਾਸਤੇ ਪ੍ਰਾਤ ਨਹੀਂ ਦਿੱਤੀ ਤੁਸੀਂ ਹਿਸਾਬ ਲਾਓ ਇਹ ਬਚਨ ਸਾ ਸੰਗਤ ਦੀ ਧੀਰ ਦੀ ਨਿਆਂ ਹੀ ਹੁੰਦੇ ਆ ਜਿਹੜੇ ਪਾਸੇ ਚੱਲ ਜਾਣ ਚੱਲ ਜਾਣ ਜੀ ਬਸ ਭਾਈ ਬੈਲੋ ਜੀ ਨੂੰ ਵੀਰ ਰਸ ਆਇਆ ਭਾਈ ਬੈਲੋ ਜੀ ਸੰਗਤ ਨਾਲ ਬੜਾ ਪਿਆਰ ਕਰਦੇ ਐ ਭਾਈ ਬੈਲੋ ਜੀ ਲਈ ਪੋਤਰੇ ਨਹੀਂ ਜ਼ਰੂਰੀ ਜੀ ਭਾਈ ਬੈਲੋ ਜੀ ਵਾਸਤੇ ਪਹਿਲਾਂ ਗੁਰੂ ਕੀ ਸੰਗਤ ਜ਼ਰੂਰੀ ਹੈ ਉਹ ਕਹਿਣ ਲੱਗੇ ਸੰਗਤ ਦੇ ਚਰਨ ਧਵਾਉਣ ਵਾਸਤੇ ਪ੍ਰਾਤ ਨਹੀਂ ਦਿੱਤੀ ਤੇ ਪੁੱਤਰਾਂ ਦੇ ਨਵਾਉਣ ਵਾਸਤੇ ਰੱਖ ਲਈ ਐ ਹੁਣ ਅਪਰਾਧੀ ਰਹੇਗੀ ਇਹੋ ਜੇ ਪੁੱਤਰ ਨਹੀਂ ਰਹਿਣਗੇ ਮਰ ਜਾਣਗੇ ਕਹਿਣ ਲੱਗੇ ਜਦੋਂ ਇਹਨਾਂ ਸਖਤ ਬਚਨ ਕੀਤਾ ਨਾ ਜੀ ਉਹ ਤਿੰਨੋਂ ਹੀ ਪੁੱਤ ਚੜਾਈ ਕਰ ਗਏ ਜੀ ਉਹਨਾਂ ਦੀ ਉਮਰ ਹੀ ਉੱਥੇ ਮੁੱਕ ਗਈ ਤੁਸੀਂ ਵੇਖੋ ਭਾਈ ਬੈਲੋ ਜੀ ਦੀ ਕਮਾਈ ਬੜੀ ਹੋਏਗੀ ਜੀ ਕਮਾਈ ਹੋਏਗੀ ਤਾਂ ਹੀ ਹੋਈਆਂ ਤੁਸੀਂ ਆਪਾਂ ਕਿੰਨਿਆਂ ਨੂੰ ਕਹਿੰਨੇ ਮਰ ਜਾ ਸੜਕ ਤੇ ਤੁਰਦਿਆਂ ਮਾੜਾ ਜਾਂ ਕੋਈ ਪੀਂ ਪੀਂ ਕਰੇ ਤੇ ਉਹਨੂੰ ਕਹਿ ਦਿੰਨੇ ਆ ਪਾਇਬਾ ਸਤ ਸ੍ਰੀ ਅਕਾਲ ਹਾਂਜੀ ਭਾਈ ਬੈਲੋ ਜੀ ਸਾਧ ਸੰਗਤ ਜੀ ਮਹਾਰਾਜ ਗਰੀਬ ਨਵਾਜ਼ ਜੀ ਦੀ ਬੜੀ ਖੁਸ਼ੀ ਲਈ ਹੈ ਤੇ ਭਾਈ ਬੈਲੋ ਜੀ ਦੀ ਰਸਨਾ ਤੇ ਗਰੀਬ ਨਵਾਜ਼ ਜੀ ਦਾ ਵਾਸਾ ਹੋ ਗਿਆ ਜੀ ਹਜੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮਾਰਾ ਨੇ ਹਰ ਕੰਮ ਵਿੱਚ ਭਾਈ ਬੈਲੋ ਜੀ ਨੂੰ ਪਹਿਲਾਂ ਰੱਖਿਆ ਜੀ ਬਸ ਜਦੋਂ ਭਾਈ ਬੈਲੋ ਜੀ ਨੇ ਆਖਿਆ ਨਾ ਜੀ ਉਹਨਾਂ ਬੱਚਿਆਂ ਦੀ ਉਮਰ ਉੱਥੇ ਸਮਾਪਤ ਹੋ ਗਈ ਤੇ ਬੱਚੇ ਚੜ੍ਹਾਈ ਕਰ ਗਏ ਜੀ ਤਿੰਨੋਂ ਜੀ ਹੁਣ ਇੱਥੋਂ ਤੱਕ ਸਾਖੀ ਕੱਲ ਤੁਸੀਂ ਸੁਣੀ ਸੀ ਸੰਗਤ ਜੀ ਇੱਕ ਗੱਲ ਦਾ ਤੁਸੀਂ ਤੇ ਮੈਂ ਆਪਾਂ ਸਾਰੇ ਅੰਦਾਜ਼ਾ ਲਾਈਏ ਵੀ ਭਾਈ ਬੈਲੋ ਜੀ ਸੰਗਤ ਦਾ ਕਿੰਨਾ ਵੱਧ ਸਤਿਕਾਰ ਕਰਦੇ ਹੋਣਗੇ ਜੀ ਪੁੱਤਰੇ ਤੇ ਆਪਣੇ ਹੀ ਆ ਨਾ ਜੀ ਤੇ ਦਾਦਿਆਂ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ ਪੁੱਤਰੇ ਕਿੰਨੇ ਚੰਗੇ ਲੱਗਦੇ ਆ ਜੀ ਹਾਂ ਜੀ ਸੰਗਤ ਦਾ ਭਾਈ ਬੈਲੋ ਸਾਹਿਬ ਜੀ ਕਿੰਨਾ ਸਤਿਕਾਰ ਕਰਦੇ ਹੋਣਗੇ ਬਚਨ ਕਰਤਾ ਜੀ ਤੇ ਦਾਸ ਫਿਰ ਬੇਨਤੀ ਕਰੇ ਕੱਲ ਵੀ ਕੀਤੀ ਸੀ ਆਪਣੇ ਜੀਵਨ ਵਿੱਚ ਇੱਕ ਗੱਲ ਦਾ ਪੱਕੀ ਚੇਤਾ ਰੱਖਿਓ ਕਿ ਸੰਗਤ ਕੋਈ ਵਸਤੂ ਮੰਗੇ ਜਾਂ ਸੰਗਤ ਨੂੰ ਲੋੜ ਹੋਵੇ ਤੇ ਪਿਆਰਿਓ ਉਸ ਵਸਤੂ ਤੋਂ ਨਾ ਨਾ ਕਰਿਓ ਕਦੀ ਵੀ ਕਦੀ ਨਾ ਨਾ ਕਰਿਓ ਤੁਸੀਂ ਵੇਖਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀਆਂ ਖੁਸ਼ੀਆਂ ਦੇਣੀਆਂ ਜੀ ਤੁਹਾਨੂੰ ਜੇ ਬੰਦਾ ਕਰ ਬਵੇ ਨਾ ਜੀ ਨਾ ਫਿਰ ਕਈ ਵਾਰੀ ਔਖਾ ਹੋ ਕੇ ਚੀਜ਼ ਦੇਣੀ ਪੈਂਦੀ ਦੀ ਬਾਅਦ ਵਿੱਚ ਏਦੇ ਤੋਂ ਅੱਗੇ ਜਦੋਂ ਪਤਾ ਲੱਗਾ ਜੀ ਭਾਈ ਸਾਹਿਬ ਦੇ ਪੁੱਤਰ ਨੂੰ ਭਾਈ ਬੈਲੋ ਦੇ ਭਾਈ ਨਾਨੂ ਨੂੰ ਪਤਾ ਲੱਗਾ ਵੀ ਮੇਰੇ ਤਿੰਨੋਂ ਹੀ ਪੁੱਤ ਚੜਾਈ ਕਰ ਗਏ ਤੇ ਫਿਰ ਉਹ ਬੜੇ ਦੁਖੀ ਹੋਏ ਇਰੇ ਤੋਂ ਅੱਗੇ ਤੁਸੀਂ ਸੁਣਿਆ ਉਹ ਫਿਰ ਆਪਣੇ ਪਿਤਾ ਦੀ ਸੇਵਾ ਕਰਨ ਲੱਗ ਪਏ ਭਾਈ ਬੈਲੋ ਦੀ ਬਹੁਤ ਜ਼ਿਆਦਾ ਉਹਨਾਂ ਨੂੰ ਇਸ਼ਨਾਨ ਕਰਾਉਣਾ ਉਹਨਾਂ ਦੇ ਚਰਨ ਧਵਾਉਣੇ ਵੀ ਭਾਈ ਬੈਲੋ ਜੀ ਪ੍ਰਸੰਨ ਹੋਣਗੇ ਮੇਰੇ ਪਿਤਾ ਜੀ ਫਿਰ ਮੇਰੇ ਤੇ ਬਚਨ ਕਰਨਗੇ ਤੇ ਮੋੜ ਇਹ ਕਿਰਪਾ ਹੋਏਗੀ ਨਹੀਂ ਤੇ ਕਿਰਪਾ ਨਹੀਂ ਹੋਣੀ ਜੀ ਪਤਾ ਸੀ ਮੇਰੇ ਪਿਤਾ ਜੀ ਦੇ ਵਿੱਚ ਸਮਰੱਥਾ ਹੈ ਹੁਣ ਇਹਦੇ ਤੋਂ ਅੱਗੇ ਕਥਾ ਸਰਵਣ ਕਰੀਏ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਂਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭੋਜਨ ਅਧਿਕ ਪ੍ਰੀਤ ਸੋਖਵਾਵੈ ਹੁਣ ਭਾਈ ਨਾਨੂ ਜੀ ਪਤਾ ਕੀ ਕਰਨ ਲਗੇ ਜੀ ਆਪਣੇ ਪਿਤਾ ਭਾਈ ਬੈਲੋ ਜੀ ਨੂੰ ਬੜੇ ਪਿਆਰ ਨਾਲ ਭੋਜਨ ਸ਼ਿਕਾਇਆ ਕਰਨ ਆਪ ਪ੍ਰਸ਼ਾਦੇ ਦੀ ਸੇਵਾ ਕਰਿਆ ਕਰਨ ਬੜੇ ਪਿਆਰ ਨਾਲ ਪ੍ਰਸ਼ਾਦਾ ਸ਼ਿਕਾਇਆ ਕਰਨ ਹਾਂਜੀ ਇਤਿਹਾਦਕ ਸਭ ਸੇਵਕ ਕਮਾਵੇ ਇਸ ਤਰੀਕੇ ਨਾਲ ਸ਼ਨਾਣ ਕਰਾਉਣਾ ਚਰਨ ਧਵਾਉਣੇ ਭੋਜਨ ਪ੍ਰਸ਼ਾਦਾ ਸ਼ਿਕਾਉਣਾ ਇਹ ਸਾਰੀ ਸੇਵਾ ਭਾਈ ਨਾਨੂ ਜੀ ਆਪ ਹਾਜ਼ਰ ਹੋ ਗਏ ਵੇਖ ਲਓ ਤਿੰਨ ਪੁੱਤ ਚੜ੍ਹਾਈ ਕਰ ਗਏ ਆ ਪਤਾ ਹੈ ਵੀ ਮੇਰੇ ਪਿਤਾ ਜੀ ਮਹਾਂਪੁਰਖ ਨੇ ਉਹ ਬਚਨ ਕਰਨਗੇ ਤੇ ਮੋੜ ਬਖਸ਼ਿਸ਼ ਹੋਣੀ ਹੈ ਜੀ ਉਹਨਾਂ ਚਰਨੀ ਬਖਸ਼ਿਸ਼ ਹੋਣੀ ਦੀ ਭਾਈ ਨਾਨੂ ਜੀ ਆਪਣੇ ਪਿਤਾ ਜੀ ਦੀ ਹੁਣ ਤਨੋਂ ਮਨੋਂ ਸੇਵਾ ਕਰਨ ਦਾ ਹੈ ਜੀ ਪਿਤ ਪ੍ਰਯੰਕ ਕੇ ਹੋਏ ਕਰ ਤਰੇ ਹਰ ਵਕਤ ਪਿਤਾ ਜੀ ਦੇ ਪਲੰਗੇ ਦੇ ਢਠਖ ਖਲੋਤੇ ਰਹਿਣਾ ਲਾਗੇ ਖਲੋਤੇ ਰਹਿਣਾ ਹੱਥ ਜੋੜ ਕੇ ਹਾਂਜੀ ਕਰ ਸੇਵਾ ਕੋ ਨਿਸ ਦਿਨ ਪਰੇ ਭਾਵੇਂ ਰਾਤ ਹੋਵੇ ਤੇ ਭਾਵੇਂ ਦਿਨ ਹੋਵੇ ਉਸ ਦਿਨ ਤੋਂ ਬਾਅਦ ਭਾਈ ਨਾਨੂ ਜੀ ਨੇ ਸੇਵਾ ਦੀ ਮੋਰਚਾ ਲਾ ਦਿੱਤਾ ਜੀ ਬੇ ਹੁਣੇ ਖੁਸ਼ ਕਰਾਂ ਮੈਂ ਆਪਣੇ ਪਿਤਾ ਜੀ ਨੂੰ ਪਤਨੀ ਨੇ ਗਲਤੀ ਕਰ ਦਿੱਤੀ ਜੀ ਜੇ ਪ੍ਰਾਤ ਦੇ ਦੇਨ ਦੀ ਸੰਗਤ ਦੇ ਚਰਨ ਧਬਾਉਣ ਵਾਸਤੇ ਤੇ ਕੁਝ ਵੀ ਨਹੀਂ ਸੀ ਹੋਣਾ ਜੀ ਹਾਂਜੀ ਜਿਵੇਂ ਆਇਸ ਕੋ ਪਿਤਾ ਬਖਾਨੇ ਹੁਣ ਜਿਵੇਂ ਪਿਤਾ ਦੀ ਉਹਨਾਂ ਦੇ ਆਗਿਆ ਕਰਦੇ ਆ ਭਾਈ ਬੈਲੋ ਜੀ ਜਿਵੇਂ ਕੋਈ ਹੁਕਮ ਕਰਦੇ ਆ ਹੱਥ ਜੋਰ ਤੁਰਨ ਤੇ ਮਠਾਨੇ ਤੇ ਨਾਨੂ ਜੀ ਹੱਥ ਜੋੜ ਕੇ ਉਸੇ ਵੇਲੇ ਉਹ ਕਾਰਜ ਕਰ ਦਿੰਦੇ ਆ ਪੂਰਾ ਸੇਵਕ ਭਾਵ ਆਪਣੇ ਪਿਤਾ ਜੀ ਦੇ ਅੱਗੇ ਧਾਰਨ ਕੀਤਾ ਜੀ ਉਹਨਾਂ ਨੇ ਹਨ ਇੱਕ ਦਿਨ ਹੋਏ ਪ੍ਰਸੰਨ ਮਹਾਨ ਫਿਰ ਇੱਕ ਦਿਨ ਭਾਈ ਬੈਲੋ ਜੀ ਆਪਣੇ ਪੁੱਤਰ ਦੀ ਸੇਵਾ ਵੇਖ ਕੇ ਬੜੇ ਪ੍ਰਸੰਨ ਹੋਏ ਸੇਵਕ ਬੰਦਾ ਸੇਵਾ ਧਿਆਨ ਨਾਲ ਤੇ ਪ੍ਰੇਮ ਨਾਲ ਕਰੇ ਜ਼ਬਰਦਸਤੀ ਖੁਸ਼ੀ ਲਾ ਲੈਂਦਾ ਜੀ ਸੇਵਕ ਬੰਦਾ ਸੇਵਕ ਜਿਹਨੇ ਸੇਵਾ ਕਰਨੀ ਹੈ ਸੇਵਾ ਧਿਆਨ ਨਾਲ ਤੇ ਪ੍ਰੇਮ ਨਾਲ ਕਰੇ ਉਹ ਜ਼ਬਰਦਸਤੀ ਖੁਸ਼ੀ ਲਏਗਾ ਜੀ ਦੇਖ ਭਾਉ ਕੋ ਬਾਕ ਬਖਾਨਾ ਤੇ ਭਾਈ ਬੈਲੋ ਜੀ ਨੇ ਭਾਵਨਾ ਵੇਖੀ ਪ੍ਰੇਮ ਵੇਖਿਆ ਆਪਣੇ ਪੁੱਤਰ ਦਾ ਤੇ ਭਾਈ ਬੈਲੋ ਜੀ ਜਿਹੜੇ ਬਹੁਤ ਘੱਟ ਬਚਨ ਕਰਦੇ ਸਨ ਭਾਈ ਬੈਲੋ ਜੀ ਆਪਣੇ ਪੁੱਤਰ ਭਾਈ ਨਾਨੂ ਜੀ ਨੂੰ ਕਹਿਣ ਲੱਗੇ ਕਹਾ ਕਾਮਨਾ ਤੁਵ ਉਰ ਮਾਹੀ ਪਤਾਤ ਹੈਗਾ ਸੀ ਵੀ ਹਿਰਦੇ ਚ ਕਾਮਨਾ ਰੱਖ ਕੇ ਸੇਵਾ ਕਰ ਰਹੇ ਆ ਗੁਰਮੁਖੋ ਗੁਰਮੁਖਾਂ ਵਾਸਤੇ ਧੀ ਪੁੱਤਰ ਸਭ ਬਰਾਬਰ ਹੁੰਦੇ ਆ ਜੈਸੀ ਗੁਰੂ ਕੀ ਸੰਗਤ ਵੈਸੇ ਉਹਨਾਂ ਵਾਸਤੇ ਧੀ ਪੁੱਤਰ ਹੈ ਜੀ ਮਹਾਰਾਜ ਵਾਹਿਗੁਰੂ ਭਾਈ ਬੈਲੋ ਜੀ ਭਾਈ ਨਾਨੂ ਜੀ ਨੂੰ ਪੁੱਛਦੇ ਆ ਕਹਿੰਦੇ ਦੱਸੋ ਜੀ ਤੁਹਾਡੇ ਅੰਦਰ ਕਿਹੜੀ ਕਾਮਨਾ ਹੈ ਵਾਹਿਗੁਰੂ ਕਿਹੜੀ ਕਾਮਨਾ ਹੈ ਕਿਹੜੀ ਭਾਵਨਾ ਹੈ ਜਿਹਦੇ ਕਰਕੇ ਇੰਨੀ ਸੇਵਾ ਕਰ ਰਹੇ ਹੋ ਮੰਗਨ ਕਰੋ ਸੋ ਹਮਰੇ ਪਾਹੀ ਸਾਡੇ ਕੋਲੋਂ ਮੰਗ ਲਵੋ ਅਸੀਂ ਤੁਹਾਡੇ ਤੇ ਖੁਸ਼ ਆਂ ਕੁਛ ਮੰਗ ਲਵੋ ਹਾਂਜੀ ਤਬ ਨਾਨੂ ਕਰ ਜੋਰ ਉਚਾਰਾ ਤੇ ਵੇਖ ਲੋ ਪੁੱਤਰ ਨੇ ਭਾਈ ਨਾਨੂ ਜੀ ਪਰ ਭਾਈ ਬੈਲੋ ਜੀ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਜਿਵੇਂ ਸੇਵਕ ਹੋਣ ਜੀ ਹੱਥ ਜੋੜ ਕੇ ਭਾਈ ਨਾਨੂ ਜੀ ਆਪਣੇ ਪਿਤਾ ਭਾਈ ਬੈਲੋ ਜੀ ਨੂੰ ਕਹਿਣ ਲੱਗੇ ਉਹ ਭਾਈ ਬੈਲੋ ਜੀ ਭਾਈ ਬੈਲੋ ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ ਸੀ ਹਾਂ ਰਹਿ ਜਗਤ ਮੈਂ ਵੰਸ ਤੁਮਹਾਰਾ ਤੇ ਭਾਈ ਨਾਨੂ ਜੀ ਹੱਥ ਜੋੜ ਕੇ ਭਾਈ ਬੈਲੋ ਜੀ ਨੂੰ ਕਹਿਣ ਲੱਗੇ ਪਿਤਾ ਜੀ ਤੁਹਾਡੇ ਚਰਨਾਂ 'ਚ ਇੰਨੀ ਕੀ ਅਰਦਾਸ ਹੈ ਵੀ ਜਿਹੜੀ ਤੁਹਾਡੀ ਵੰਸ਼ ਹੈ ਨਾ ਇਹ ਜਗਤ ਵਿੱਚ ਰਵੇ ਕਦਕੇ ਆਖੋ ਵਾਹਿਗੁਰੂ ਕਿਉ ਹਣ ਉਹਨਾਂ ਬਚਨ ਕੀਤੀ ਤੇ ਬਚਨ ਕਰਕੇ ਸਮਾਪਤ ਹੋਈ ਪਈ ਸੀ ਜੀ ਤਿੰਨ ਪੁੱਤ ਚੜ੍ਹਾਈ ਕਰਗੇ ਸਨ ਪਿਤਾ ਜੀ ਤੁਹਾਡੀ ਵੰਸ ਜਗਤ ਵਿੱਚ ਰਵੇ ਮੈਂ ਤੇ ਇਹ ਅਰਦਾਸ ਕਰਦਾ ਇਹ ਮੰਗ ਮੰਗਦਾ ਤੁਹਾਡੇ ਕੋਲੋਂ ਇਹੀ ਕਾਮਨਾ ਲਖੀ ਹੈ ਮੇਰੀ ਹੋਰ ਮੇਰੀ ਕੋਈ ਕਾਮਨਾ ਨਹੀਂ ਹੈ ਵੇਖ ਲਓ ਗੱਲਾਂ ਗੱਲਾਂ ਵਿੱਚ ਪੁੱਤਰ ਵੀ ਮੰਗ ਲਿਆ ਜੀ ਸੰਤਾਨ ਵੀ ਮੰਗ ਲਈ ਜੀ ਹਾਂਜੀ ਪੂਜਾ ਹੋ ਕੀ ਜੈ ਕਿਰਪਾ ਬਡੇਰੀ ਤੇ ਜੇ ਤੁਹੀਂ ਸੇਵਾ ਤੋਂ ਪ੍ਰਸੰਨ ਹੋ ਤੇ ਕਿਰਪਾ ਕਰੋ ਤੇ ਫਿਰ ਭਾਵਨਾ ਪੂਰੀ ਕਰੋ ਹਾਂਜੀ ਸੁਨ ਭਾਈ ਬਹਿਲੋ ਕਹਿ ਸੋਏ ਭਾਈ ਬਹਿਲੋ ਜੀ ਨੇ ਜਦੋਂ ਗੱਲ ਸੁਣੀ ਨਾ ਭਾਈ ਨਾਨੂ ਦੀ ਤੇ ਭਾਈ ਬਹਿਲੋ ਜੀ ਨੇ ਆਪਣੇ ਪੁੱਤਰ ਨੂੰ ਆਖਿਆ ਹਾਂਜੀ ਜਾਚਹੁ ਅਪਰ ਕਾਮਨਾ ਕੋਏ ਕਰਤ ਕੇ ਆਖ ਵਾਹਿਗੁਰੂ ਕਹਿੰਦਾ ਪੁੱਤਰ ਕੋਈ ਹੋਰ ਮੰਗ ਮੰਗ ਲੈ ਤੁਸੀਂ ਹਿਸਾਬ ਲਾਓ ਪਿਤਾ ਕੋਲੋਂ ਪੁੱਤ ਮੰਗ ਰਿਹਾ ਹੋਵੇ ਹਾਂਜੀ ਬੜੇ ਧਿਆਨ ਨਾਲ ਗੱਲ ਸੁਣਨੀ ਹੈ ਪਿਤਾ ਕੋਲੋਂ ਪੁੱਤ ਮੰਗ ਰਿਹਾ ਹੋਵੇ ਵੀ ਪਿਤਾ ਜੀ ਤੁਹਾਡੀ ਵੰਸ ਚੱਲਦੀ ਰਵੇ ਤੇ ਪਿਤਾ ਤੇ ਹਰ ਇੱਕ ਚਾਹੁੰਦਾ ਜੀ ਤੇ ਪਿਤਾ ਆਖੇ ਵੀ ਪੁੱਤ ਕੁਝ ਹੋਰ ਮੰਗ ਲੈ ਗੁਰੂ ਘਰ ਹੀ ਹੈ ਜੀ ਇਹ ਗੁਰੂ ਘਰ ਹੀ ਹੈ ਭਾਈ ਬੈਲੋ ਜੀ ਕਹਿੰਦੇ ਪੁੱਤ ਕੁਝ ਹੋਰ ਮੰਗ ਲੈ ਇਹ ਮੰਗ ਨਾ ਮੰਗਾ ਹਾਂਜੀ ਪੁੱਨ ਨਾਨੂ ਕਹੈ ਸੁੱਤ ਹੀ ਦੀਜੈ ਪਰ ਭਾਈ ਨਾਨੂ ਜੀ ਹੱਥ ਜੋੜ-ਜੋੜ ਕੇ ਕਹਿਣ ਨਾ ਪਿਤਾ ਜੀ ਜੇ ਮੇਰੇ ਤੇ ਕਿਰਪਾ ਕਰਨੀ ਤੇ ਪੁੱਤਰ ਹੋਵੇ ਮੇਰੇ ਘਰ ਮੈਨੂੰ ਇਹ ਬਚਨ ਦੇਓ ਪਤਾ ਹੀ ਮੇਰੇ ਪਿਤਾ ਦੀ ਸਮਰੱਥਾ ਹੈ ਪਰ ਵੇਖ ਲੋ ਹੋ ਵੇਹਾ ਕੇ ਵਿੱਚ ਤਾਕਤ ਤੇ ਕਿਉਂ ਨਹੀਂ ਦਾਦਾ ਪੁੱਤਰਿਆਂ ਦੀ ਲੈਣ ਲਵਾਉ ਜੀ ਪਰ ਬਾਬਾ ਜੀ ਹੋਣਾ ਭਾਈ ਬੈਲੋ ਜੀ ਹੋਣਾ ਕੋਈ ਮੋਹ ਨਹੀਂ ਕੀਤਾ ਜੀ ਹਾਂਜੀ ਜੋ ਪਰਸੰਨ ਤਉ করুণਾ ਕੀਜੈ ਜੇ ਤੇ ਪ੍ਰਸੰਨ ਹੋ ਤੇ ਫਿਰ ਕਿਰਪਾ ਕਰੋ ਬੇ ਸੰਤਾਨ ਚਾਹੀਦੀ ਵੰਸ਼ ਚੱਲੇ ਅੱਗੇ ਹਾਂਜੀ ਤਿੰਨ ਬੇਰ ਭਾਈ ਇਮ ਕਹਿਓ ਤਿੰਨ ਵਾਰ ਭਾਈ ਬੈਲੋ ਜੀ ਨੇ ਆਖਿਆ ਨਾਨੂ ਕੁਝ ਹੋਰ ਮੰਗ ਲੈ ਆਖਿਆ ਨਹੀਂ ਜੇ ਕਿਰਪਾ ਕਰਨੀ ਤੇ ਸੰਤਾਨ ਦੀ ਕਰੋ ਜਦੋਂ ਤਿੰਨ ਵਾਰੇ ਬਚਨ ਕੀਤਾ ਨਾ ਜੀ ਤਿੰਨ ਵਾਰੇ ਹੋਈ ਮੰਗ بار بار ਮੰਗੀ ਹਾਂਜੀ ਸੁੱਤ ਬਿਨ ਨਾਨੂ ਅਪਰ ਨਾ ਚਾਹਿਓ ਤੇ ਭਾਈ ਬੈਲੋ ਜੀ ਨੇ ਵੀ ਮਹਿਸੂਸ ਕੀਤਾ ਵੀ ਬਚਨ ਕਰਕੇ ਤਿੰਨ ਪੁੱਤ ਦੇ ਚੜਾਈ ਕੀਤੇ ਐ ਤੇ ਹੁਣ ਇਹਨੂੰ ਪੁੱਤਰ ਚਾਹੀਦਾ ਹੀ ਚਾਹੀਦਾ ਹੈ ਹਾਂਜੀ ਸ੍ਰੀ ਮੁਖਤੇ ਹੋਏ ਖੁਸ਼ੀ ਉਚਾਰਾ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਜਿਹੜੇ ਮਹਾਪੁਰਖ ਹੁੰਦੇ ਆ ਨਾ ਜੀ ਇਹਨਾਂ ਦਾ ਮਨ ਦਾ ਬਲਬਲਾ ਇੰਨਾ ਹੀ ਹੁੰਦਾ ਪਾਣੀ ਅੰਦਰ ਲੀਕ ਜਿਓ ਪਾਣੀ ਚ ਲੀਕ ਪਾਓ ਤਾਂ ਰਹਿੰਦੀ ਹੈ ਜੀ ਉਹ ਨਹੀਂ ਰਹਿੰਦੀ ਜੀ ਇਹੋ ਜਿਹੇ ਰੱਬ ਦੇ ਪਿਆਰੇ ਵੀ ਇੰਨੇ ਸ਼ਾਂਤ ਚਿੱਤ ਹੁੰਦੇ ਆ ਸਾਰੀ ਗੱਲ ਭੁੱਲ ਕੇ ਨਾ ਜੀ ਤੇ ਫਿਰ ਆਪਣੇ ਪੁੱਤਰ ਭਾਈ ਨਾਨੂ ਨੂੰ ਭਾਈ ਬਹਿਲੋ ਜੀ ਨੇ ਬਚਨ ਕੀਤਾ ਜੀ ਉਪਜਹਿ ਸੁੱਤ ਤਵ ਹੋਏ ਗੁਣ ਭਾਰਾ ਕਹਿਣ ਲੱਗੇ ਜਾਨਾ ਨੂੰ ਗੁਰੂ ਸਾਹਿਬ ਕਿਰਪਾ ਕਰਨਗੇ ਤੇਰੇ ਘਰ ਪੁੱਤਰ ਵੀ ਪੈਦਾ ਹੋਏਗਾ ਤਾਂ ਹੋਵੇਗਾ ਵੀ ਬੜਾ ਗੁਣੀ ਕਹਿਣ ਲੱਗੇ ਤਿੰਨਾ ਦੀ ਕਾਟ ਪੂਰੀ ਕਰ ਦੇਗਾ ਜੀ ਇੱਕੋ ਪੁੱਤਰ ਪੈਦਾ ਹੋਏਗਾ ਜਿਹੜੇ ਪਹਿਲੇ ਤਿੰਨ ਚੜ੍ਹਾਈ ਕਰ ਗਏ ਨਾ ਉਹਨਾਂ ਤਿੰਨਾਂ ਦੀ ਘਾਟ ਪੂਰੀ ਕਰੇਗਾ ਬੜਾ ਵੱਡਾ ਗੁਣਵਾਨ ਹੋਏਗਾ ਬੜਾ ਗੁਣੀ ਪੁੱਤਰ ਪੈਦਾ ਹੋਏਗਾ ਪੁੱਤ ਤੇ ਜਮ ਜਮ ਠੇਰ ਲਾਇਕ ਚੱਲੋ ਜੀ ਪਰ ਸਿਆਣੇ ਕਹਿੰਦੇ ਇੱਕ ਹੋਵੇ ਪਰ ਹੋਵੇ ਨੇਕ ਕਹਿਣ ਲੱਗੇ ਇੱਕ ਪੁੱਤਰ ਹੋਏਗਾ ਬੜਾ ਲਾਇਕ ਪੁੱਤਰ ਪੈਦਾ ਹੋਏਗਾ ਬੜਾ ਗੁਣੀ ਪੁੱਤਰ ਤੇਰੇ ਘਰ ਵਿੱਚ ਪੈਦਾ ਹੋਏਗਾ ਹਾਂਜੀ ਭਗਤਾ ਨਾਮ ਤਾਹੇ ਕੋ ਧਰੀਐ ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਤੇ ਭਾਈ ਬੈਲੋ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਪੁੱਤਰ ਹੁਣ ਜਿਹੜਾ ਤੇਰੇ ਘਰ ਪੁੱਤਰ ਪੈਦਾ ਹੋਏਗਾ ਉਹਦਾ ਨਾਮ ਭਾਈ ਭਗਤਾ ਰੱਖ ਦਈਂ ਕਹਿਣ ਲੱਗੇ ਭਗਤੀ ਵਾਲਾ ਹੋਏਗਾ ਭਗਤਾ ਨਾਮ ਰੱਖ ਦਈਂ ਹਰੇ ਦੇ ਕਾਮਨਾ ਪੂਰਨ ਕਰੀਏ ਤੇਰੀ ਹਿਰਦੇ ਦੀ ਕਾਮਨਾ ਪੂਰੀ ਹੋਗੀ ਕਹਿਣ ਲੱਗੇ ਤਿੰਨਾ ਦੀ ਥਾਂ ਤੇ ਇੱਕੋ ਹੋਏਗਾ ਇੱਕ ਵੀ ਕਮਾਲ ਦਾ ਹੋਏਗਾ ਕਹਿਣ ਲੱਗੇ ਹੰਦ ਸੁੱਤ ਕ ਸੁੱਤ ਉਪਜਨ ਬਰ ਦਇਓ ਵੇਖ ਲੋ ਇਹਦਾ ਮਤਲਬ ਤਾਕਤ ਸਾਰੀ ਸੀ ਸੁੱਤ ਕ ਸੁੱਤ ਉਪਜਨ ਬਰ ਦਇਓ ਆਪਣੇ ਪੁੱਤਰ ਨੂੰ ਪੁੱਤਰ ਦਾ ਬਚਨ ਦਿੱਤਾ ਜੀ ਉਹਨਾਂ ਨੇ ਜੀ ਹੋਵੇ ਕਿਹੇ ਵਿੱਚ ਇੰਨੀ ਸਮਰੱਥਾ ਤੇ ਪੁੱਤਰਿਆਂ ਦਾ ਢੇਰ ਲਵਾ ਦੇ ਜੀ ਹਾਂਜੀ ਤਦ ਭਗਤਾ ਜਨਮਤ ਸ਼ੁਭ ਭਇਓ ਤੇ ਭਾਈ ਗੁਰਦਾਸ ਜੀ ਕਹਿੰਦੇ ਭਾਈ ਮਾਨ ਸਿੰਘ ਜੀ ਫਿਰ ਭਾਈ ਭਗਤਾ ਜੀ ਭਾਵ ਮੇਰੇ ਪਿਤਾ ਦਾ ਜਨਮ ਹੋਇਆ ਜੀ ਗੱਜ ਕੇ ਆਖੋ ਵਾਹਿਗੁਰੂ ਮੇਰੇ ਪੜਦਾਦੇ ਦੇ ਬਚਨ ਦੇ ਨਾਲ ਮੇਰੇ ਪਿਤਾ ਜੀ ਦਾ ਜਨਮ ਹੋਇਆ ਕਹਿਣ ਲੱਗੇ ਹਾਂਜੀ ਇਸ ਭਗਤੇ ਕੇ ਹਮ ਭੇ ਤਾਤਾ ਉਸੇ ਭਾਈ ਭਗਤਾ ਜੀ ਦੇ ਅਸੀਂ ਪੰਜ ਪੁੱਤਰ ਆ ਉਸੇ ਭਾਈ ਭਗਤਾ ਜੀ ਦੇ ਹਾਂਜੀ ਜੁਗਦਾਰਾ ਤੇ ਪੰਜਹ ਭਰਾਤਾ ਤੇ ਦੋ ਭਾਈ ਭਗਤਾ ਜੀ ਦੀਆਂ ਇਸਤਰੀਆਂ ਸਨ ਦੋ ਵਿਆਹ ਹੋਏ ਸੀਗੇ ਤੇ ਪੰਜ ਭਰਾਵਾਂ ਅਸੀਂ ਉਸੇ ਭਾਈ ਭਗਤਾ ਜੀ ਦੇ ਜਿਹਦੇ ਜਨਮ ਦਾ ਫਿਰ ਭਾਈ ਬੈਲੋ ਜੀ ਨੇ ਬਚਨ ਕਰ ਦਿੱਤਾ ਸੀਗਾ ਜੀ ਹਾਂ ਸਕਲ ਬਾਰਤਾ ਤਨੋਂ ਸੁਣਾਈ ਮਹਾਰਾਜ ਨੇ ਤੇ ਜਾਣੀ ਜਾਣ ਫਿਰ ਵੀ ਗੁਰੂ ਸਾਹਿਬ ਨੇ ਬਾਰਤਾ ਸੁਣੀ ਹੋਰ ਸਿੱਖਾਂ ਸਾਰਿਆਂ ਨੇ ਭਾਈ ਭਗਤੇ ਦੀ ਜਨਮ ਦੀ ਕਥਾ ਸੁਣੀ ਦੀ ਸਾਰਿਆਂ ਨੇ ਭਾਈ ਭਗਤਾ ਜੀ ਬੜੇ ਮਹਾਨ ਗੁਰੂ ਕੇ ਸਿੱਖ ਸਨ ਤੇ ਗੁਰਬਾਣੀ ਦਾ ਬਹੁਤ ਪਾਠ ਕਰਦੇ ਹੁੰਦੇ ਸੀ ਕੱਜ ਕੇ ਆਖੋ ਵਾਹਿਗੁਰੂ ਮਹਾਨ ਜੋਗ ਸੰਤਾਨ ਮਸਾ ਮਸਾ ਘਰ ਵਿੱਚ ਪੈਦਾ ਹੁੰਦੀ ਹੈ ਨਹੀਂ ਤੇ ਜੋਗ ਸੰਤਾਨਾਂ ਬਹੁਤ ਮੁਸ਼ਕਲ ਹੀ ਹੈ ਜੀ ਹਾਂ ਜੀ ਲੜਾਈ ਕਰਨ ਵਾਲੇ ਤੇ ਜਿੰਨੇ ਮਰਜ਼ੀ ਲਈ ਆਓ ਜੀ ਸੁਖ ਸ਼ਾਂਤੀ ਤੇ ਬਾਣੀ ਪੜਨ ਵਾਲੇ ਵਿਰਲੇ ਹੁੰਦੇ ਆ ਜੀ ਭਾਈ ਭਗਤਾ ਜੀ ਦਾ ਜੀਵਨ ਬੜਾ ਉੱਚਾ ਸੀਗਾ ਸੰਗਤ ਜੀ ਹਾਂਜੀ ਸਕਲ ਬਾਰਤਾ ਤੈਨੂੰ ਸੁਣਾਈ ਪ੍ਰਭ ਅਖੇਰ ਤਿਆਰੀ ਕਰਵਾਈ ਫਿਰ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਭਾਈ ਭਾਈ ਭਗਤਾ ਜੀ ਦੀ ਤੇ ਗੱਲ ਸੁਣ ਲਈ ਹੈ ਹੁਣ ਸ਼ਿਕਾਰ ਦੀ ਤਿਆਰੀ ਕਰੋ ਕਹਿਣ ਲੱਗੇ ਸ਼ਿਕਾਰ ਖੇਡਣ ਚੱਲੀਏ ਸਾਰੇ ਚੜੇ ਤੁਰੰਗ ਸੰਗ ਅਸਵਾਰਾ ਮਹਾਰਾਜ ਗਰੀਬ ਨਿਵਾਜ ਦਸਵੇਂ ਪਾਤਸ਼ਾਹ ਘੋੜੇ ਤੇ ਸੱਜ ਕੇ ਸ਼ਿਕਾਰ ਖੇਡਣ ਗਏ ਸੱਚੇ ਪਾਤਸ਼ਾਹ ਹਾਂਜੀ ਗਮਨੇ ਕੇ ਤਿਕ ਦੂਰ ਉਜਾਰਾ ਬਹੁਤ ਦੂਰ ਅੱਗੇ ਨੰਗ ਗਏ ਸੱਚੇ ਪਾਤਸ਼ਾਹ ਸਿੰਘਾਂ ਦੇ ਨਾਲ ਹਾਂਜੀ ਤੀਤਰ ਏਕ ਬੋਲਤਾ ਦੂਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੇ ਬੈਠੇ ਤੇ ਦੂਰ ਇੱਕ ਤਿੱਤਰ ਬੋਲੇ ਜੀ ਗੱਜ ਕੇ ਆਖੋ ਵਾਹਿਗੁਰੂ ਅਬ ਜੁਰਗ ਬੈਠੇ ਤਿੱਤਰ ਬੋਲਦਾ ਸੁਣਿਆ ਹੋਵੇਗਾ ਜੀ ਤੁਸੀਂ ਹਾਂ ਸਿਰ ਲਾਉਂਦੇ ਵੀ ਸੁਣਿਆ ਤਿੱਤਰ ਬੋਲਿਆ ਜੀ ਦੂਰੋਂ ਇੱਕ ਉੱਚੀ ਉੱਚੀ ਨਾ ਜੀ ਆਪਣੀ ਬੋਲੀ ਵਿੱਚ ਤਿੱਤਰ ਬੋਲੇ ਜੀ ਇੱਕ ਹਾਂਜੀ ਸੁਣ ਬੋਲੇ ਸ੍ਰੀ ਸਤਿਗੁਰ ਪੂਰੇ ਤੇ ਪੂਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਬੋਲਦੇ ਉਹ ਤਿੱਤਰ ਵੱਲ ਵੇਖ ਕੇ ਨਾ ਜੀ ਮਾਦਰ ਸੱਚੇ ਪਾਤਸ਼ਾਹ ਇਉਂ ਬੋਲੇ ਹਾਂਜੀ ਭੂਮੀਆਂ ਭੂਮ ਉੱਪਰ ਨਿਤ ਲੁਜੈ ਇਹ ਬਾਣੀ ਦੀ ਪੰਕਤੀ ਜੀ ਭੂਮੀਆਂ ਭੂਮ ਉੱਪਰ ਨਿਤ ਲੁਜੈ ਜ਼ਮੀਂਦਾਰ ਜ਼ਮੀਨ ਉਤਵਾਸਤੇ ਹੀ ਝਗੜਾ ਕਰਦਾ ਰਹਿੰਦਾ ਏ ਠੀਕ ਆ ਜਿਕੇ ਆਖੋ ਵਾਹਿਗੁਰੂ ਵੇਖ ਲਿਓ ਵਾਹਿਗੁਰੂ ਮਿਹਰ ਕਰੇ ساری ساری ਉਮਰ ਜ਼ਮੀਨ ਲਈ ਲੜਦਿਆਂ ਲੜਦਿਆਂ ਹੀ ਮਰ ਜਾਂਦੇ ਤੇ ਜ਼ਮੀਨ ਫੇਰ ਉੱਥੇ ਹੀ ਰਹਿ ਜਾਂਦੀ ਜੀ ਇਹੋ ਕੋ ਹੋ ਰਿਹਾ ਜੀ ਪਹਿਲਾਂ ਵੀ ਹੁੰਦਾ ਸੀਗਾ ਹੁਣ ਵੀ ਹੋ ਰਿਹਾ ਤੇ ਕਾਮ ਇਹੋ ਕੋ ਜੀ ਹੁੰਦਾ ਰਹਿਣਾ ਜੀ ساری ਉਮਰ ਜ਼ਮੀਨ ਵਾਸਤੇ ਲੜਦੇ ਰਹਿੰਦੇ ਅਜੇ ਤੇ ਛੋਟੇ ਹੁੰਦਿਆਂ ਤੋਂ ਜ਼ਮੀਨਾਂ ਦਾ ਲਾਲਚ ਪੈ ਜਾਂਦਾ ਜੀ ਤੇ ਜ਼ਮੀਨ ਵਾਸਤੇ ਗਾਂ ਸਾਰੀ ਉਮਰ ਲੜਨਾ ਤੇ ਲੜਦੇ ਲੜਦੇ ਹੀ ਮਰ ਜਾਣਾ ਤੇ ਨਾਮ ਨਹੀਂ ਜਪਿਆ ਜਾਣਾ ਜੀ ਨਾਮ ਨਹੀਂ ਜਪਿਆ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਤਿੱਤਰ ਨੂੰ ਵੇਖ ਕੇ ਨਾ ਹੁਣ ਸੁਣਿਓ ਇਹੋ ਜੇ ਬੰਦਿਆਂ ਦਾ ਕੀ ਬਣਦਾ ਜੀ ਤਿੱਤਰ ਨੂੰ ਵੇਖ ਕੇ ਬੋਲਦਾ ਹੋਇਆ ਵੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਠਾ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫੇਰ ਆਖੋ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਹਾਰਾਜ ਸੱਚੇ ਪਾਠਾ ਕਹਿੰਦੇ ਭੂਮੀਆਂ ਭੂਮ ਉਪਰ ਨਿਤ ਲੁਜੈ ਅਗਲੀ ਪੰਕਤੀ ਪੜ੍ਹੋ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜੈ ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝਣਾ ਜੀ ਛੋਟੇ ਛੋਟੇ ਹੁੰਦੇ ਜ਼ਮੀਨਾਂ ਦੇ ਲਾਲ ਚ ਪੈ ਜਾਂਦੇ ਜੀ ਵੱਡੇ ਹੁੰਦੇ ਝਗੜਾ ਕਰਦੇ ਆ ਤੇ ਝਗੜਦੇ ਝਗੜਦੇ ਮਰ ਜਾਂਦੇ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਛੋੜ ਚੱਲੇ ਮਰ ਜਾਂਦੇ ਆ ਪਰ ਮਰੇ ਹੋਏ ਵੀ ਜ਼ਮੀਨ ਤੇ ਕਬਜ਼ਾ ਰੱਖਦੇ ਜੀ ਗੱਜ ਕੇ ਆਖੋ ਵਾਹਿਗੁਰੂ ਮਰੇ ਹੋਏ ਵੀ ਜ਼ਮੀਨ ਤੇ ਕਬਜ਼ਾ ਰੱਖਦੇ ਪਤਾ ਕਿਵੇਂ ਜੀ ਜਾਣ ਤੇ ਉਵੇਂ ਪ੍ਰੇਤ ਬਣ ਬਣ ਕੇ ਰੱਖਦੇ ਜੀ ਜਾ ਕਹਿ ਨਾ ਕਹਿ ਜਾਨਵਰ ਦੇ ਰੂਪ ਚ ਉਥੇ ਆ ਕੇ ਬਹਿ ਜਾਂਦੇ ਜੀ ਉਹ ਭਗਤ ਕਬੀਰ ਜੀ ਬੈਠੇ ਸੀ ਨਾ ਜੀ ਲੰਘੰਦੈ ਤੇ ਅੱਗੇ ਬੈਲ ਖਲੋਤਾ ਤੇ ਭਗਤ ਜੀ ਕਹਿੰਦੇ ਹਾਂ ਹੁਣ ਸੁਣ ਸੁਣਾ ਗੱਲ ਕਾਕਾ ਜਦੋਂ ਤੈਨੂੰ ਕਿਹਾ ਸੀ ਨਾਮ ਜਪ ਲੈ ਉਦੋਂ ਨਹੀਂ ਜਪਿਆ ਹੁਣ ਚਾਰ ਪਾਮ ਦੋਏ ਸਿੰਘ ਗੋਂਗ ਮੁਖ ਤਦ ਕੈਸੇ ਗੁਣ ਗਈ ਹੈ ਰੇ ਨਾਲੇ ਸਾਨੂੰ ਸਮਝਾਇਆ ਭਾਈ ਗੁਰਮਖੋ ਹੁਣੇ ਨਾਮ ਜਪ ਲੋ ਫਿਰ ਚਾਰ ਪੈਰ ਹੋਣੇ ਚ ਦੋ ਸਿੰਘ ਲੱਗੇ ਹੋਣੇ ਤੇ ਮੂੰਹ ਹੋਣਾ ਉਹ ਵੀ ਗੁੰਗਾ ਫਿਰ ਬੋਲ ਕੇ ਵਿਖਾਇਓ ਵਾਹਿਗੁਰੂ ਫਿਰ ਨਹੀਂ ਬੋਲਿਆ ਜਾਣਾ ਵਾਹਿਗੁਰੂ ਬਖਸ਼ ਲਵੇ ਜੀ ਜਿਨ੍ਹਾਂ ਨੂੰ ਇਹ ਇਹ ਚਸਕਾ ਪੈ ਜਾਂਦਾ ਨਾ ਜੀ ਬੜਾ ਮਾੜਾ ਹੈ ਜੀ ਤਿੱਤਰ ਬੋਲਨਦਿਆ ਤੇ ਮਹਾਰਾਜ ਕਹਿੰਦੇ ਛੋਟ ਚੱਲੈ ਰਿਸਨਾ ਨਹੀਂ 부ਝਾ ਛੱਡ ਦਿੰਦਾ ਜ਼ਮੀਂਦਾਰ ਧਰਤੀ ਭਾਵ ਸਰੀਰ ਛੱਡ ਦਿੰਦਾ ਸਰੀਰ ਛੱਡ ਕੇ ਤੁਰ ਪੈਂਦਾ ਪਰ ਪਿਆਰਿਓ ਜਿਸ ਜ਼ਮੀਨ ਵਾਸਤੇ ਜਿੰਦਿਆਂ ਦੀ ਝਗੜਾ ਕਰਦਾ ਸੀ ਮਰ ਕੇ ਵੀ ਉੱਥੇ ਹੀ ਬੈਠਾ ਰਹਿੰਦਾ ਹੈ ਜੀ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬਦਿਤ ਤਰਲੋਚਨ ਤੇ ਵਾਹਿਗੁਰੂ ਪ੍ਰੇਤ ਜੋਨ ਬਲ ਬਲ ਆਉਤਰ ਜਿਹੜਾ ਅੰਤਕਾਲ ਵਿੱਚ ਥਾਂ ਨੂੰ ਚੇਤੇ ਰੱਖਦਾ ਨਾ ਭਗਤ ਤਰਲੋਚਨ ਜੀ ਕਹਿੰਦੇ ਪ੍ਰੇਤ ਬਣ ਕੇ ਉੱਥੇ ਤੁਰਿਆ ਫਿਰਦਾ ਜੀ ਹੁਣ ਅੱਗੇ ਪੜੋ ਜੀ ਹਾਂਜੀ ਸਿਖਨ ਬੂਝਿਓ ਕਹਾ ਅਲਾਈ ਪਰ ਮਹਾਰਾਜ ਨੇ ਤਿੱਤਰ ਬੋਲਦਿਆਂ ਪੰਕਤੀ ਪੜ੍ਹ ਦਿੱਤੀ ਭੂਮੀਆਂ ਭੂਮ ਉਪਰ ਨਿਤ ਲੁਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਜਾ ਛੋੜ ਕੀ ਸਰੀਰ ਛੱਡ ਦਿੰਦਾ ਪਰ ਤ੍ਰਿਸ਼ਨਾ ਨਹੀਂ 부ਜਦੀ ਜੀ ਜਦੋਂ ਮਹਾਰਾਜ ਨੇ ਇਹ ਪੰਕਤੀ ਪੜ੍ਹੀ ਤੇ ਗੁਰੂ ਕੇ ਸਿੱਖ ਦਸਵੇਂ ਪਾਤਸ਼ਾਹ ਦੇ ਨਾਲ ਜਿਹੜੇ ਤੁਰੇ ਜਾ ਰਹੇ ਸੀ ਨਾ ਜੀ ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੁਣਿਓ ਕੀ ਬੇਨਤੀ ਕੀਤੀ ਸਿੱਖਨ 부ਜਿਓ ਕਹਾ ਅਲਾਈ ਪਾਤਸ਼ਾਹ ਦਿਓ ਹਮੋਂ ਬਚਾਈ ਪਾਤਸ਼ਾਹ ਦੇਖੋ ਹਮੇ 부ਜਾਈ ਹਮੋਂ 부ਜਾਈ ਸੱਚੇ ਪਾਤਸ਼ਾਹ ਪੰਕਤੀ ਪੜ੍ਹੀ ਆਪ ਜੀ ਨੇ ਕੀ ਕਾਰਨ ਹੈ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਨੂੰ ਦੱਸਣਾ ਕਰੋ ਹਾਂ ਜੀ ਸ਼੍ਰੀ ਸੋਨ ਸ਼੍ਰੀ ਮੁਖਤੇ ਕਹਿਓ ਬ੍ਰਤੰਤ ਜਦੋਂ ਦਸਵੇਂ ਪਾਤਸ਼ਾਹ ਨੇ ਸਿੱਖਾਂ ਦੀ ਬੇਨਤੀ ਸੁਣੀ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਬ੍ਰਤੰਤ ਕਿਹਾ ਫਿਰ ਉਹ ਕਹਾਣੀ ਦੱਸੀ ਵੀ ਕਿਉਂ ਕੀਤੀ ਇਹ ਪੰਕਤੀ ਮਹਾਰਾਜ ਨੇ ਇਹੇ ਤਿੱਤਰ ਬੋਲਿਓ ਸ਼ਤਕੰਤ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਫੇਰ ਕਹੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਹਿੰਦੇ ਸਿੱਖੋ ਇਹ ਤਿੱਤਰ ਕੋਈ ਹੋਰ ਨਹੀਂ ਹੈਗਾ ਪਹਿਲੇ ਜਨਮਾਂ ਚ ਇਸੇ ਧਰਤੀ ਦਾ ਮਾਲਕ ਸੀਗਾ ਕਹਿਣ ਲੱਗੇ ਇਸ ਧਰਤੀ ਵਾਸਤੇ ਲੜਦਾ ਰਿਹਾ ਵਾਹਿਗੁਰੂ ਬਖਸ਼ ਲਵੇ ਹੁਣ ਵੀ ਤਿੱਤਰ ਬਣਨ ਵਾਲਿਆਂ ਦੀ ਜੂਨ ਬੜੀ ਆਂਦੀ ਹੋਏ ਕੀ ਦੀ ਫੇਰ ਜੀ ਹਾਂ ਜੀ ਅਖਬਾਰਾਂ ਚ ਵੇਖ ਲੋ ਡਾਂਗਾ ਸੋਟੇ ਖੜਕੰਦੇ ਆ ਜੀ ਪੋਰਾ ਜਿੰਨਾ ਛੱਡ ਕੇ ਕੋਈ ਰਾਜੀ ਨਹੀਂ ਆ ਜਾ ਜੀ ਮਹਾਰਜ ਕਹਿੰਦੇ ਸਿੱਖੋ ਆ ਜਿਹੜਾ ਤਿੱਤਰ ਬਣਿਆ ਫਿਰਦਾ ਤਿੱਤਰ ਚ ਜਿਹੜੀ ਰੂਹ ਹੈ ਨਾ ਜਦੋਂ ਮਨੁੱਖਾ ਸਰੀਰ ਸੀ ਤੇ ਇਸ ਧਰਤੀ ਦਾ ਮਾਲਕ ਸੀ ਹੈ ਜੀ ਹੁਣ ਵੇਖ ਲੋ ਕੋਈ ਹੋਰ ਵਾਹੰਦਿਆ ਹੋਏਗਾ ਜੀ ਉਸ ਧਰਤੀ ਦਾ ਮਾਲਕ ਕੋਈ ਹੋਰ ਹੋਇਆ ਹੋਏਗਾ ਹੁਣ ਵੀ ਤਾਂ ਤਿੱਤਰ ਬਣ ਕੇ ਬੈਠਾ ਹੀ ਐ ਤੇ ਜੇ ਪਹਿਨਾ ਹੀ ਰੱਬ ਰੱਬ ਜਪ ਲੈਂਦਾ ਜੀ ਹਾਂਜੀ ਥੇਹੇ ਗੰਡ ਕੋ ਨਾਮ ਕਹਾਵੈ ਮਹਾਰਾਜ ਕਹਿੰਦੇ ਗੰਡ ਨਾਮੀ ਥੇ ਸੀ ਇੱਥੇ ਕਹਿਣ ਲਗੇ ਉਹਦਾ ਮਾਲਕ ਸੀ ਹੈ ਹਾਂਜੀ ਸੋ ਇਹੇ ਗੰਡ ਨਾ ਤਜ ਕਰ ਜਾਵੈ ਮਹਾਰਾਜ ਕਹਿੰਦੇ ਮਰ ਗਿਆ ਤੇ ਮਰ ਕੇ ਕਈ ਜੂਨਾਂ ਪਹੋਗੀਆਂ ਤੇ ਹੁਣ ਤਿੱਤਰ ਦੀ ਜੂਨ ਵਿੱਚ ਪਿਆ ਤੇ ਦਸਵੇਂ ਪਾਤਸ਼ਾਹ ਕਹਿੰਦੇ ਤਿੱਤਰ ਬਣ ਕੇ ਵੀ ਥਾਂ ਨਹੀਂ ਤੇ ਛੱਡਣ ਦਿਆ ਗੱਜ ਕੇ ਆਖੋ ਵਾਹਿਗੁਰੂ ਮਾਰਾ ਕਹਿੰਦੇ ਹਾਲ ਐ ਮਾਰਾ ਕਹਿੰਦੇ ਤਿੱਤਰ ਬਣ ਕੇ ਵੇਖੋ ਤਿੱਤਰ ਬੜੀ ਦੂਰ ਬੈਠਾ ਜੀ ਅਜੇ ਮਾਰਾ ਕਹਿੰਦੇ ਤਿੱਤਰ ਬਣ ਕੇ ਵੀ ਥਾਂ ਨਹੀਂ ਤੇ ਛੱਡਣ ਦਿਆ ਹਾਂਜੀ ਆਪਣ ਸਥਾਨ ਪਛਾਨ ਰਹੰਤਾ ਮਾਰਾ ਕਹਿੰਦੇ ਪਛਾਣੀ ਇਹਨੇ ਥਾਂ ਆਪਣੀ ਪਹਿਲੇ ਜਨਮਾਂ ਦੀ ਤੇ ਆਪਣੀ ਥਾਂ ਤੇ ਬੈਠਾ ਵਾਹਿਗੁਰੂ ਬਖਸ਼ ਲਵੇ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਮਹਾਰਾਜ ਸਾਨੂੰ ਬਾਣੀ ਪੜ੍ਹਨੇ ਲਾ ਦਿਓ ਨਾਮ ਜਪਣੇ ਲਾ ਦਿਓ ਇਹਨਾਂ ਚੀਜ਼ਾਂ ਤੋਂ ਆਜ਼ਾਦ ਕਰ ਦਿਓ ਸੱਚੇ ਪਾਤਸ਼ਾਹ ਬੜੀਆਂ ਮਾੜੀਆਂ ਜੇ ਬੰਦਾ ਫਸਦੇ ਤਾਂ ਛੇਤੀ ਛੁੱਟ ਨਹੀਂ ਚ ਸਕਦਾ ਇਹਨਾਂ ਗੱਲਾਂ ਚੋਂ ਹਾਂਜੀ ਅਪਰ ਜਾਨ ਹਿੱਤ ਨਹੀਂ ਜਤੰਤਾ ਸੱਚੇ ਪਾਤਸ਼ਾਹ ਕਹਿੰਦੇ ਆਪਣੀ ਜਾਨ ਦਾ ਹੁਣ ਵੀ ਆਪਣੀ ਧਿਆਨ ਦਾ ਜੀ ਵੇ ਲੋ ਤਿੱਤਰ ਬਣ ਗਿਆ ਪੱਲੇ ਕੁਛ ਨਹੀਂ ਲਿਆ ਜੀ ਮਹਾਰਾਜ ਕਹਿੰਦੇ ਅਜੇ ਵੀ ਇਹ ਆ ਇਸ ਥੇਨ ਨੂੰ ਆਪਣਾ ਮੰਨਦਾ ਇਸ ਥਾਂ ਨੂੰ ਆਪਣੀ ਮੰਨਦਾ ਕਿਸ ਜਨਮ ਚ ਥਾਂ ਸੀ ਕੀ ਇਹ ਦੀ ਜੀ ਉਦੋਂ ਵੀ ਲੜਦਾ ਲੜਦਾ ਮਰਿਆ ਤੇ ਮਹਾਰਾ ਕਹਿੰਦੇ ਵੇਖ ਲੋ ਬੰਦੇ ਦੀ ਬੰਦੇ ਉੱਤੇ ਕਿੰਨਾ ਬੋਝ ਐ ਤਿੱਤਰ ਬਣ ਕੇ ਵੀ ਥਾਂ ਨਹੀਂ ਛੱਡਣ ਦਿਆ ਜੀ ਗੱਜ ਕੇ ਆਖੋ ਵਾਹਿਗੁਰੂ ਹੁਣ ਕੀ ਤੇ ਆ ਜੀ ਇਹੋ ਕੁਝ ਤੇ ਹੁੰਦਿਆ ਜੀ ਤੇ ਜਿਹੜੇ ਲੜਦੇ ਝਗੜਦੇ ਐ ਉਹ ਸਭ ਤਿੱਤਰ ਬਣ ਕੇ ਤੁਰੇ ਫਿਰਦੇ ਜੂਨਾ ਭੋਗ ਦੇ ਫਿਰਦੇ ਉਹਨਾਂ ਜ਼ਮੀਨਾਂ ਤੇ ਜੀ ਸੰਸਕਾਰ ਜੂ ਬਣ ਜਾਂਦੇ ਉਹ ਜੇ ਹਾਂਜੀ ਫੂਟੀ ਅੱਖ ਏਕ ਇਸ ਕੇਰੀ ਹਣੋ ਤਿੱਤਰ ਬੜੀ ਦੂਰ ਬੋਲਨ ਦਿਆ ਜੀ ਤੇ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾ ਦੂਰ ਘੋੜੇ ਤੇ ਸੱਜੇ ਮਹਾਰਾਜ ਕਹਿੰਦੇ ਤੁਸੀਂ ਕਹੋਗੇ ਐਵੇਂ ਬਚਨ ਕੀਤਾ ਐਵੇਂ ਨਹੀਂ ਕੀਤਾ ਜਾ ਕੇ ਵੇਖ ਲੋ ਇਹ ਤਿੱਤਰ ਕਾਣਾ ਜੇ ਮਹਾਰਾਜ ਕਹਿੰਦੇ ਇਕ ਕਾਣਾ ਮਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਹਾਂਜੀ ਕਾਣਾ ਇਹ ਪਕਰ ਲਿਓ ਹੇਰੀ ਹਾਂ ਮਾਰਾ ਕਹਿੰਦੇ ਫੜ ਕੇ ਵੇਖ ਲੋ ਕਾਣਾ ਤੇ ਇਹਦੀ ਇੱਕ ਅੱਖ ਨਹੀਂ ਹੈਗੀ ਹੁਣ ਵੇਖੋ ਬੰਦਾ ਕਾਣਾ ਤੇ ਤੁਹਾਨੂੰ ਪਤਾ ਲੱਗੇ ਜੀ ਤਿੱਤਰ ਕਾਣੇ ਦਾ ਕੀ ਪਤਾ ਲੱਗਣਾ ਜੀ ਕਿੱਡੀ ਕੋ ਦੀ ਅੱਖ ਹੁੰਦੀ ਦੀ ਕਿਤੇ ਦੀ ਤੇ ਮਾਰਾ ਦੂਰ ਖਲੋਤੇ ਦਸੀ ਜਾਂਦੇ ਇੱਕ ਗੱਲ ਚੇਤਾ ਰੱਖੋ ਭਾਵੇਂ ਬੰਦਾ ਭਾਵੇਂ ਪਸ਼ੂ ਭਾਵੇਂ ਪੰਛੀ ਗੁਰੂ ਨੂੰ ਸਭਨਾ ਦਾ ਪਤਾ ਤੇ ਸਤਿਗੁਰੂ ਨੇ ਸਾਰਿਆਂ ਨੂੰ ਹੀ ਤਾਰਨਾ ਹੈ ਜੀ ਹਾਂਜੀ ਸੁੰਨ ਸਿੱਖਨ ਘੇਰਿਓ ਬਰਿਆਈ ਸਿੱਖ ਸਾਧ ਸੰਗਤਿ ਉਹਨੂੰ ਘੇਰਣ ਗਏ ਦਿੱਤਰ ਨੂੰ ਹਾਂਜੀ ਇੱਤ ਉੱਤ ਫਿਰਤ ਛਪਣ ਹਿੱਤ ਥਾਈ ਉਹ ਦਿੱਤਰ ਇੱਧਰ ਉੱਧਰ ਛੁਪਦਾ ਫਿਰੇ ਜੀ ਲੁਕਣ ਦੀ ਥਾਂ ਲੱਭੇ ਉਹਨੂੰ ਪਤਾ ਝੁ ਲੱਗ ਗਿਆ ਵੀ ਮੈਨੂੰ ਫੜ ਲੈਣਾ ਹਾਏ ਧਾਏ ਧਾਏ ਕਰ ਦਇਓ ਹਰਾਈ ਤੈ ਗੁਰੂ ਕੇ ਸਿਖਾਂ ਨੇ ਭਾਈ ਸੰਤੋਖ ਸਿੰਘ ਲਿਖਦੇ ਧਾਏ ਧਾਏ ਕਰ ਦਇਓ ਹਰਾਈ ਤਿਤਰ ਨੂੰ ਭੁਜਾ ਭਜਾ ਕੇ ਨਾ ਜੀ ਥਕਾ ਦਿੱਤਾ ਜੀ ਹਿੱਤ ਪਕੜਨ ਕੇ ਹਾਥ ਚਲਾਏ ਥਕਾ ਦਿੱਤਾ ਤਿਤਰ ਨੂੰ ਭੁਜਾ ਭਜਾ ਕੇ ਇਧਰ ਲੈ ਜਾਣਾ ਇਧਰ ਲੈ ਜਾਣਾ ਜਿੱਧਰ ਉੱਡ ਕੇ ਜਾਵੇ ਉਧਰ ਪਹੁੰਚ ਜਾ ਤੈ ਤਿਤਰ ਇਧਰ ਜਾ ਇਧਰ ਜਾ ਕਰ ਕਰਾ ਕੇ ਉਹ ਤੈ ਤਿੱਤਰ ਥੱਕ ਹੀ ਗਿਆ ਜੀ ਗੱਜ ਕੇ ਆਖੋ ਵਾਹਿਗੁਰੂ ਤੇ ਜਦੋਂ ਥੱਕ ਗਿਆ ਤੇ ਫਿਰ ਗੁਰਸਿੱਖਾਂ ਨੇ ਕਰ ਲਿਆ ਕਾਬੂ ਜੀ ਉਹਨੂੰ ਹਾਂਜੀ ਗਹਿ ਕਰ ਆਨਿਓ ਗੁਰੂ ਅਗਾਰੇ ਤਿੱਤਰ ਨੂੰ ਵੇਖਿਆ ਤਿੱਤਰ ਕਾਣਾ ਸੀਗਾ ਜੀ ਉਹ ਜੀ ਮਹਾਰਾਤਾ ਬਚਨ ਸੱਚਾ ਤਿੱਤਰ ਨਿਕਲਿਆ ਕਾਣਾ ਤੇ ਗੁਰੂ ਕੇ ਸਿੱਖਾਂ ਨੇ ਤਿੱਤਰ ਨੂੰ ਫੜ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲੈ ਕੇ ਆਂਦਾ ਜੀ ਹਾਂ ਜੀ ਨਿਰਣੇ ਹਿਤ ਜਗ ਨੈਨ ਨਿਹਾਰੇ ਨਿਰਣਾ ਕਰਨ ਵਾਸਤੇ ਦੋਵੇਂ ਅੱਖਾਂ ਵੇਖੀਆਂ ਉਹਦੀਆਂ ਜੀ ਦੋਵੇਂ ਅੱਖਾਂ ਹਾਂਜੀ ਏਕ ਅੱਖ ਤੇ ਕਾਣਾ ਹੀਰ ਵੇਖਿਆ ਤਿੱਤਰ ਇੱਕ ਅੱਖ ਤੋਂ ਕਾਣਾ ਗੱਜ ਕੇ ਅੱਖ ਵਾਹਿਗੁਰੂ ਵਾਹਿਗੁਰੂ ਬਖਸ਼ ਲਵੇ ਟਗੜੇ ਬੜੇ ਮਾੜੇ ਜੀ ਇਹ ਲੋਭ ਲਾਲਚ ਬੰਦੇ ਦਾ ਮਾੜਾ ਇਹ ਤ੍ਰਿਸ਼ਨਾ ਮਾਰੀ ਮਾੜੀ ਐ ਵੇਹ ਲੋ ਤਿੱਤਰ ਬਣਿਆ ਬੈਠਾ ਤੇ ਕਾਣਾ ਹੋਇਆ ਪਿਆ ਫਿਰ ਵੀ ਥਾਂ ਜ਼ਮੀਨ ਨਹੀਂ ਛੱਡਣਦੇ ਆਪਣੀ ਜੀ ਤੇ ਕਰ ਕੁਝ ਨਹੀਂ ਸਕਦਾ ਜੀ ਅਰੇ ਬੰਦਾ ਬਣ ਕੇ ਤੇ ਕਈ ਕੁਝ ਕਰ ਲੇ ਜੀ ਤੇ ਤਿੱਤਰ ਤਾਂ ਨਹੀਂ ਕੁਝ ਕਰ ਸਕਦਾ ਜੀ ਹਾਂ ਜੀ ਤੇ ਜ਼ਮੀਨ ਫਿਰ ਵੀ ਨਹੀਂ ਛੱਡਣਦੇ ਆ ਜੀ ਉੱਥੇ ਹੀ ਬੈਠਾ ਬੋਲਦਾ ਜੀ ਆ ਕੇ ਉੱਥੇ ਆ ਕੇ ਬੋਲਦਾ ਇਹ ਬੰਦਾ ਮੋਹ ਨਹੀਂ ਛੱਡਦਾ ਜੀ ਕੱਜ ਕੇ ਆਖੋ ਵਾਹਿਗੁਰੂ ਪੋਛ ਲੋ ਬਾਪੂ ਜੀ ਨਾਮ ਜਪ ਲੋ ਤੇ ਘਰ ਵਿੱਚ ਕੋਈ ਨਹੀਂ ਬਾਪੂ ਨੂੰ ਪੁੱਛਦਾ ਹੁੰਦਾ ਤੇ ਬਾਪੂ ਫਿਰ ਕਹਿੰਦਾ ਘਰ ਜਾਣਾ ਨਹੀਂ ਹਾਂ ਉਹ ਘਰ ਵਾਲ ਘਰ ਕੋਈ ਨਹੀਂ ਪੁੱਛਦਾ ਜੀ ਤੇ ਪੁੱਛਦਾ ਕੋਈ ਹੈ ਨਹੀਂ ਤੇ ਫਿਰ ਵੀ ਬਾਪੂ ਘਰ ਜਾਣ ਦੀ ਰਾਜੀ ਭਾਵੇਂ ਉੱਤੇ ਗਾਲਾਂ ਖਾ ਲੇ ਨਿਆਣਿਆਂ ਦੀਆਂ ਪਰ ਨਾਮ ਨਹੀਂ ਜਪਣਾ ਜੀ ਕੱਜ ਕੇ ਆਖੋ ਵਾਹਿਗੁਰੂ ਨਾਮ ਨਹੀਂ ਜਪਣਾ ਜੀ ਤੇ ਵੇਖ ਲੋ ਕੀ ਹਾਲ ਬਣਿਆ ਪਿਆ ਜੀ ਨਹੀਂ ਜਿਹੜੀ ਮੋਹ ਹੈ ਨਾ ਜਿਹੜਾ ਪਕੜ ਹੈ ਪਕੜ ਬਹੁਤ ਮਾੜੀ ਹੈ ਜੀ ਪਕੜ ਕੇ ਇਹ ਵੀ ਚੀਜ਼ ਦੀ ਮਾੜੀ ਹੈ ਜੀ ਹੁਣ ਕਾਣਾ ਹੋਇਆ ਪਿਆ ਤੇ ਫਿਰ ਵੀ ਨਹੀਂ ਜ਼ਮੀਨ ਛੱਡਣ ਦਿਆ ਜੀ ਮਹਾਰਾ ਕਹਿੰਦੇ ਵੇਖ ਲੋ ਸਿੰਘੋ ਕਾਣਾ ਚ ਹਾਂਜੀ ਨਮੋ ਕਰੇ ਗੁਰ ਕੋ ਫਿਰ ਫੇਰ ਤੇ ਗੁਰਮੁਖੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਜਦੋਂ ਬਚਨ ਗੁਰੂ ਕੇ ਸਿੱਖਾਂ ਸਿੰਘਾਂ ਵੇਖਿਆ ਵੀ ਬਚਨ ਐ ਸਤੈ ਤੇ ਨਮੋ ਕਰਹਿ ਗੁਰ ਕੋ ਫਿਰ ਫੇਰ بار بار ਮਹਾਰਾਜ ਦਸਵੇਂ ਪਾਤਸ਼ਾਹ ਨੂੰ ਗੁਰੂ ਕੇ ਸਿੱਖ ਮੱਥਾ ਟੇਕਣ ਆਪਾਂ ਵੀ ਟੇਕੀਏ ਪਿਆਰ ਨਾਲ ਕਹੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਰ-ਬਾਰ ਨਮਸਕਾਰਾਂ ਕਰਨ ਸਾਰੇ ਹਾਂਜੀ ਹੱਥ ਜੋੜ ਬੂਜੈ ਸਿੱਖ ਸੋਏ ਹੱਥ ਜੋੜ ਬੂਜੈ ਸਿੱਖ ਸੋਏ ਹੱਥ ਜੋੜ ਕੇ ਗੁਰੂ ਕੇ ਸਿੱਖ ਗਰੀਬ ਨਵਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ ਇਸ ਕੋ ਅਬ ਹਵਾਲ ਕਿਆ ਹੋਏ ਸੱਚੇ ਪਾਤਸ਼ਾਹ ਕਈ ਜਨਮਾਂ ਦਾ ਇਸ ਜ਼ਮੀਨ ਤੇ ਤੁਰਿਆ ਫਿਰਦਾ ਹੁਣ ਤਿੱਤਰ ਬਣਿਆ ਹੁਣ ਮਹਾਰਾਜ ਗਾਂਏ ਦਾ ਕੀ ਹੋਣਾ ਸੱਚੇ ਪਾਤਸ਼ਾਹ ਹਾਂ ਜੈਵ ਜੋਗ ਤੇਰਾ ਵਰਕੇ ਰਾ ਮਹਾਰਾਜ ਭਾਵੇਂ ਸੰਯੋਗ ਨਾਲ ਹੋਇਆ ਜਾਂ ਜਿਵੇਂ ਮਰਦੀ ਹੋਇਆ ਤੇ ਭਾਵੇਂ ਤਿੱਤਰ ਦੇ ਰੂਪ ਚ ਆਏ ਪਰ ਇਸ ਤਿੱਤਰ ਦੇ ਰੂਪ ਚ ਹੈ ਵੀ ਕਾਣਾ ਇੱਕ ਅੱਖ ਕੰਮ ਕਰਦੀ ਪਰ ਇੱਕ ਅੱਖ ਨਾ ਤੁਹਾਡੇ ਦਰਸ਼ਨ ਤੇ ਕਰ ਲੈਣਾ ਮਹਾਰਾਜ ਹੁਣ ਮਹਾਰਾਜ ਦੇ ਦਰਸ਼ਨਾਂ ਦਾ ਪ੍ਰਤਾਪ ਸੁਣਿਆ ਮਹਾਰਾਜ ਭਾਵੇਂ ਕਾਣਾ ਇੱਕ ਅੱਖ ਨਹੀਂ ਹੈ ਤਿੱਤਰ ਦਾ ਸਰੀਰ ਹੈ ਇੱਕ ਅੱਖ ਹੈ ਗਈ ਹੈ ਇਹਨੇ ਇੱਕ ਅੱਖ ਨਾਲ ਤੇ ਤੁਹਾਡੇ ਦਰਸ਼ਨ ਕਰ ਲਏ ਹਨ ਬਾਇੋ ਮੇਲੇ ਇਸ ਭਾਗ ਬਡੇਰਾ ਤੇ ਮਹਾਰਾਜ ਤੇ ਵੱਡੇ ਪਾਗਾਂ ਵਾਲਾ ਬਣ ਗਿਆ ਜੀ ਕੱਢ ਕੇ ਆਖੋ ਸ੍ਰੀ ਵਾਹਿਗੁਰੂ ਵੇਹ ਲੋ ਗੁਰੂ ਕੇ ਸਿੱਖ ਜਿਹੜੇ ਨਾਲ ਹੈ ਉਹਨਾਂ ਨੂੰ ਮਹਾਰਾਜ ਦੇ ਦਰਸ਼ਨਾਂ ਤੇ ਕਿੰਨਾ ਪ੍ਰਸਾਦ ਜੀ ਭਾਵੇਂ ਮਹਾਰਾਜ ਦੇ ਤਿੱਤਰ ਹੈ ਤੇ ਕਾਣਾ ਜੀ ਇੱਕ ਅੱਖ ਨਹੀਂ ਹੈਗੀ ਪਰ ਤੁਹਾਡੇ ਦਰਸ਼ਨ ਕਰਕੇ ਭਾਗ ਤੇ ਵੱਡੇ ਬਣ ਹੀ ਗਏ ਹਨਾ ਦੇਖਵੜੀ ਜੋੜੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੱਥ ਤੇ ਦਰਸ਼ਨ ਕਰਕੇ ਆਖੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੇਖੋ ਆਪਾਂ ਮਹਾਰਾਜ ਦੀ ਹਾਜ਼ਰੀ ਚ ਬੈਠੇ ਮਨੁੱਖਾ ਸਰੀਰ ਤੇ ਦੋਵੇਂ ਅੱਖਾਂ ਨਾਲ ਹੀ ਦਰਸ਼ਨ ਕਰਨ ਆਏ ਜੀ ਹਾਂਜੀ ਜਿਸ ਕੀ ਹੋਏ ਚਹੈ ਕਲਿਆਣਾ ਤੇਹ ਸਜੋਗ ਆਪ ਕੋ ਠਾਨਾ ਬਾਕੀ ਮਹਾਰਾਜ ਆਪ ਜੀ ਦੇ ਨਾਲ ਮਿਲਦਾ ਹੀ ਉਹ ਹੈ ਜਿਹਦਾ ਤੁਸੀਂ ਕਲਿਆਣ ਕਰਨਾ ਹੁੰਦਾ ਹੈ ਮਹਾਰਾਜ ਹੁਣ ਤੁਸੀਂ ਇਹਦਾ ਕਲਿਆਣ ਕਰਨਾ ਹੋਏਗਾ ਹਾਂਜੀ ਸ੍ਰੀ ਪ੍ਰਭ ਕਹਿਓ ਜਨਮ ਬਹੁਤਾਰੇ ਮਹਾਰਾਜ ਨੇ ਸਿੱਖਾਂ ਦੀ ਗੱਲ ਸੁਣੀ ਗੁਰੂ ਕੇ ਸਿੱਖ ਜੂ ਪੁੱਛਦੇ ਮਹਾਰਾਜ ਹੁਣ ਇਹਦਾ ਕੀ ਬਣੇਗਾ ਤਿੱਤਰ ਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਫਿਰ ਮਹਾਰਾਜ ਕਹਿੰਦੇ ਸਿੱਖੋ ਇਹਨੇ ਪਹਿਲਾਂ ਹੀ ਬੜੇ ਜਨਮ ਧਾਰਨ ਕਰ ਲਏ ਆ ਕਹਿੰਦਗੇ ਜਦੋਂ ਬੰਦਾ ਸੀ ਇਸ ਜ਼ਮੀਨ ਲਈ ਲੜਦਾ ਸੀ ਨਾਮ ਨਹੀਂ ਜਪਿਆ ਜੀ ਨਾਮ ਨਹੀਂ ਜਪਿਆ ਤੇ ਹੁਣ ਪਹਿਲਾਂ ਹੀ ਬੜੇ ਜਨਮ ਤਰਨ ਕਰ ਲਏ ਹਾਂ ਮਰ ਮਰ ਤਜੇ ਸਰੀਰ ਉਦਾਰੇ ਮਰਦਾ ਰਿਆ ਤੇ ਸਰੀਰ ਧਾਰਨ ਕਰਦਾ ਰਿਆ ਮਰਦਾ ਰਿਆ ਤੇ ਸਰੀਰ ਧਾਰਨ ਕਰਦਾ ਰਿਆ ਸੰਗਤ ਜੀ ਇਹ ਸਭ ਦੀ ਕਹਾਣੀ ਹੈ ਇਹ ਸਭ ਦੀ ਕਹਾਣੀ ਹੈ ਮਰਦਾ ਰਿਆ ਤੇ ਸਰੀਰ ਧਾਰਨ ਕਰਦਾ ਰਹਿ ਤੇ ਉਹ ਬਚਦੇ ਜਿਨ੍ਹਾਂ ਨੂੰ ਗੁਰੂ ਬਚਾ ਲਵੇ ਜੀ ਹਾਂਜੀ ਤਾਂ ਉਹਨਾਂ ਤਿਆਗਤ ਨਿਜ ਰਾਜਤਾਨੀ ਗੱਜ ਕੇ ਆਖੋ ਵਾਹਿਗੁਰੂ ਰਾਜਤਾਨੀ ਜੁ ਬਣਾਈ ਹੁੰਦੀ ਯਾਰ ਬੰਦੇ ਨੇ ਆਪੋ ਆਪਣੀ ਮਹਾਰਾਜ ਕਹਿੰਦੇ ਵੇਖ ਲੋ ਜੰਮ ਦਾ ਮਰਦਾ ਰਾਜਤਾਨੀ ਨਹੀਂ ਛੱਡਣ ਦੇ ਆਪਣੀ ਕਹਿੰਦੇ ਥਾਂ ਨਹੀਂ ਛੱਡਦਾ ਆਪਣੀ ਵਿਸ਼ੇਸ਼ ਹਾਂਜੀ ਬੰਦੇ ਉਹ ਫਾਸ ਸਨੇ ਮਹਾਨੀ ਮਹਾਰਾਜ ਕਹਿੰਦੇ ਪਤਾ ਇਹ ਕਿਹੜੇ ਬੰਦਨ ਚ ਬਜਿਆ ਇਹ ਮੋਹ ਦੇ ਬੰਧਨ ਚ ਵੱਜਿਆ ਜੀ ਕੱਜ ਕੇ ਆਖੋ ਵਾਹਿਗੁਰੂ ਮੋਹ ਕੱਲਾ ਰਿਸ਼ਤੇਦਾਰ ਪਰਿਵਾਰਾਂ ਨਾਲ ਥੋੜੀ ਹੁੰਦਾ ਜੀ ਜ਼ਮੀਨ ਨਾਲ ਵੀ ਬੰਦੇ ਦਾ ਮੋਹ ਪੈ ਜਾਂਦਾ ਜੀ ਮਹਾਰਾਜ ਕਹਿੰਦੇ ਜ਼ਮੀਨ ਦੇ ਮੋਹ ਵਿੱਚ ਵੱਜਾ ਹੋਇਆ ਕਹਿੰਦੇ ਕਿ ਤੇ बार-बार ਜਨਮ ਲੈਣਦਿਆ ਹਾਂਜੀ ਆਬ ਦਰਸ਼ਨ ਤੇ ਪਾਤਕ ਟਰੇ ਹੱਥ ਜੋੜੋ ਤੇ ਕੱਜ ਕੇ ਆਖੋ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੱਖ ਬਾਬਰ ਪੁੱਛਦੇ ਮਹਾਰਾਜ ਹੁਣ ਤੇਨੇ ਤੁਹਾਡੇ ਦਰਸ਼ਨ ਕਰ ਲਿਆ ਮਹਾਰਾਜ ਹੁਣ ਮਹਾਰਾਜ ਕਹਿੰਦੇ ਬੜੇ ਚਿਰ ਦਾ ਤੁਰਿਆ ਫਿਰਦਾ ਤੇ ਗਾਂ ਵੀ ਇਹਦੇ ਬੜੇ ਜਨਮ ਐ ਤੇ ਰਹਿਣਾ ਵੀ ਐਸੇ ਜ਼ਮੀਨ ਤੇ ਨੇ ਪਰ ਹੁਣ ਦਰਸ਼ਨ ਕਰ ਲਿਆ ਪੁਰਾਣੇ ਸਾਰੇ ਜਿਹੜੇ ਪਾਪ ਮੁਕਾ ਦਿੱਤੇ ਮਹਾਰਾਜ ਕਹਿੰਦੇ ਦੇ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਇਹ ਭਾਵਨਾ ਰੱਖਣੀ ਹੈ ਸਤਗੁਰੂ ਜੀ ਦੇ ਦਰਸ਼ਨ ਕਰਕੇ ਪਿਆਰਿਓ ਜਨਮਾਂ ਜਨਮਾਂ ਤਰਾਂ ਦੇ ਜਿਹੜੇ ਦੁੱਖ ਹੈ ਨਾ ਉਹ ਦੂਰ ਹੋ ਜਾਂਦੇ ਹੈ ਦੂਰ ਹੋ ਜਾਂਦੇ ਐ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਜੇ ਕੋਈ ਕਰ ਲਵੇ ਦੀ ਆਪਾਂ ਤੇ ਬੰਦੇ ਸਾਡਾ ਕਿਉਂ ਨਹੀਂ ਭਲਾ ਹੋਏਗਾ ਜੇ ਤਿੱਤਰ ਤੇ ਪਾਪ ਮਾਰਾ ਦੂਰ ਕਰ ਸਕਦੇ ਐ ਤਿੱਤਰ ਤੇ ਦੂਰ ਹੋ ਸਕਦੇ ਐ ਤੇ ਸਾਡੇ ਕਿਉਂ ਨਹੀਂ ਹੋ ਸਕਦੇ ਜੀ ਹਾਂਜੀ ਜਿਨਨੇ ਡਿੱਠਾ ਮੇਰਾ ਸਤਗੁਰੂ ਭਾਉ ਕਰ ਜਿਨਨੇ ਮੇਰੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੇ ਪ੍ਰੇਮ ਨਾਲ ਭਾਵਨਾ ਨਾਲ ਦਰਸ਼ਨ ਕੀਤੇ ਐ ਤਿਨਕੇ ਸਭ ਪਾਪ ਗਵਾਏ ਮਹਾਰਾਜ ਨੂੰ ਅਰਦਾਸ ਕਰੋ ਮਹਾਰਾਜ ਅਹੀਂ ਬੜੇ ਪਾਪੀ ਸੱਚੇ ਪਾਸ਼ਾ ਬੜੇ ਪਾਪ ਕਰਦੇ ਆਂ ਤੇ ਜੈ ਹੋ ਕਹੋ ਜੇ ਵੀ ਆ ਗਏ ਤੁਹਾਡੇ ਆ ਮਹਾਰਾਜ ਜਿਉਂ ਜਾਣਿਓ ਤੋ ਰਾਖ ਹਰ ਪ੍ਰਭ ਤੇਰੇ ਆ ਬਖਸ਼ ਲੋ ਸੱਚੇ ਪਾਤਸ਼ਾਹ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਹਣ ਤਿੱਤਰ ਨੇ ਕਰਲੇ ਦਰਸ਼ਨ ਤੇ ਦਰਸ਼ਨਾ ਦੇ ਪ੍ਰਤਾਪ ਨਾਲ ਸਭ ਪਾਪ ਦੂਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੋਈ ਛੋਟੀ ਮੋਟੀ ਗੱਲ ਹੈ ਜੀ ਬਾਜਾਂ ਵਾਲੇ ਕਲਗੀਆਂ ਵਾਲੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਜੀ ਹਾਂ ਜਨਮ ਮਰਨ ਜਗ ਬੰਧਨ ਹਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮ ਮਰਨ ਦੇ ਸਾਰੇ ਬੰਧਨ ਜਿਹੜੇ ਉਹਦੇ ਤੋੜ ਦਿੱਤੇ ਜਿਹੜਾ ਜ਼ਮੀਨ ਨਾਲ ਮੋਹ ਪਿਆ ਵੀ ਦੂਰ ਕਰਤਾ ਮਹਾਰਾਜ ਕਹਿੰਦੇ ਹਾਂ ਜਿਮ ਉਧਾਰ ਖਗ ਕੋ ਕਰ ਭਲੇ ਇਹ ਕਾ ਕੇ ਸਾ ਸੰਗਤ ਜੀ ਉਹਨੇ ਤੇ 74 ਚਲਾ ਮਰ ਗਿਆ ਜੀ ਜੀਵਾਤਮਾ ਨਿਕਲ ਗਿਆ ਕਈ ਜਨਮਾਂ ਦਾ ਜ਼ਮੀਨ ਦੇ ਮੋਹ ਵਿੱਚ ਫਸਿਆ ਝਗੜਾ ਕਰ ਕਰਕੇ ਪਿਆਰਿਓ ਗੁਰਾਂ ਦੇ ਦਰਸ਼ਨ ਕਰਕੇ ਭਲਾ ਹੋ ਗਿਆ ਜੀ ਉਹਦਾ ਜੀ ਉਹਦਾ ਭਲਾ ਹੋ ਗਿਆ ਜਨਮਾਂ ਜਨਮਾਂ ਦਾ ਭਿਆ ਹੋਇਆ ਜਿਹੜਾ ਦੁੱਖ ਸੀ ਨਾ ਜੀ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬਾਜਾਂ ਵਾਲੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਦੂਰ ਹੋ ਗਿਆ ਜੀ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਈ। ਉਹ ਦੂਰ ਹੋ ਗਈ ਦੀ ਦੁੱਖ ਦੀ। ਮਾਤਰ ਕਹਿੰਦੇ ਸਭ ਬੰਧਨ ਤੋੜਤੇ ਟੁੱਟ ਗਏ ਦੀ ਤੇ ਤਰਸਰੀ ਛੱਡ ਗਿਆ ਜੀ। ਹਾਂਜੀ। ਅੱਗੇ ਹਿੱਤ ਅਖੇਰ ਕੋ ਚੱਲੇ। ਉੱਥੋਂ ਫਿਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਅੱਗੇ ਸ਼ਿਕਾਰ ਵਾਸਤੇ ਤੁਰੇ ਜੀ। ਹਾਂਜੀ। ਕੇਤਕ ਵਿਚਰਤ ਸਤਿਗੁਰ ਆਏ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਕੋਟਕੂ ਵਗੇ ਸੱਚੇ ਪਾਤਸ਼ਾਹ ਦੀ ਚੱਲੇ ਆ ਜੀ ਉਤਰੇ ਸਿਵਰ ਤੁਰੰਗ ਲਗਾਏ ਫਿਰ ਸ਼ਮਿਆਨਾ ਮਹਾਰਾਜ ਨੇ ਲਵਾ ਲਿਆ ਤੇ ਮਹਾਰਾਜ ਬੈਠ ਗਏ ਹੁਣ ਵੇਖ ਲੋ ਆਮ ਤੇ ਲੋਕ ਕਹਿਣਗੇ ਵੀ ਸ਼ਿਕਾਰ ਕਰਦੇ ਆ ਮਾਰੀ ਜਾਂਦੇ ਆ ਹਾਂਜੀ ਤੇ ਜੇ ਕੋਈ ਧਿਆਨ ਨਾਲ ਕਥਾ ਸੁਣੇ ਉਹਨੂੰ ਪਤਾ ਲੱਗੇ ਵੀ ਮਹਾਰਾਜ ਕਿਹਦਾ ਸ਼ਿਕਾਰ ਕਰਦੇ ਸਨ ਮਾਰਨ ਨਹੀਂ ਸੀ ਜਾਂਦੇ ਜਾਨਵਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਤੇ ਉਹਨਾਂ ਦਾ ਭਲਾ ਕਰਦੇ ਸੀਗੇ ਜੀ ਕਈ ਜਨਮ ਜਨਮਾਂ ਦੇ ਫਸੇ ਫਸਾਏ ਜਿਹੜੇ ਪਸ਼ੂਆਂ ਦੇ ਤੇ ਪੰਛੀਆਂ ਦੀਆਂ ਪੰਛੀਆਂ ਦੀਆਂ ਧੂਨਾ ਵਿੱਚ ਤੁਰੇ ਫਿਰਦੇ ਸੀਗੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਉਹਨਾਂ ਦਾ ਭਲਾ ਕਰਨ ਜਾਂਦੇ ਸੀਗੇ ਜੀ ਭਲਾ ਕਰਨ ਜਾਂਦੇ ਮਹਾਰਾਜ ਉਪਾਲਾ ਕਰਕੇ ਵੇਖੋ ਮਹਾਰਾਜ ਆ ਗਏ ਮੁੜ ਤੰਬੂ ਵਿੱਚ ਦਸਵੇਂ ਪਾਤਸ਼ਾਹ ਬੈਠ ਗਏ ਬੈਠੇ ਹੁਤੇ ਸਿੰਘ ਚਹੋਕਾਈ ਚਾਰੇ ਪਾਸੇ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਸਿੰਘ ਬੈਠੇ ਐ ਜਥਾ ਮੂਨੀਸ਼ਣ ਮਹਿ ਰਗੁਰਾਈ ਤੇ ਮਹਾਰਾਜ ਐ ਬੈਠੇ ਜਿਵੇਂ ॠषि मुਨੀਆਂ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਬੈਠੇ ਹੁੰਦੇ ਐ ਮਹਾਰਾਜ ਗਰੀਬ ਨਵਾਜ਼ ਐਸੇ ਐਸੇ ਲੱਗ ਰਹੇ ਐ ਭਾਵ ਬੜੇ ਫੱਬ ਰਹੇ ਐ ਜੀ ਭਾਈ ਸੰਤੋਖ ਸਿੰਘ ਜੀ ਨੇ ਅਲੰਕਾਰ ਵਰਤੇ ਆ ਵੀ ਬੜੇ ਫੱਬ ਰਹੇ ਆ ਜੀ ਭਾਈ ਸਾਹਿਬ ਅਗੋਂ ਕਥਾ ਜਿਹੜੀ ਐ ਗੁਰੂ ਸਾਹਿਬ ਬੜੇ ਫੱਬ ਰਹੇ ਐ ਅਗੋਂ ਜਿਹੜੀ ਕਥਾ ਉਹ ਕੱਲ ਨੂੰ ਆਪਾਂ ਸੁਣਾਵਾਂਗੇ ਹਾਂਜੀ ਸੱਚੇ ਪਾਤਸ਼ਾਹ ਤਾਰਦੇ ਆ ਤਾਰਦੇ ਆ ਪਸ਼ੂ ਪ੍ਰੇਤ ਮੁਗਤ ਕੋ ਤਾਰੇ ਪਾਹਣ ਪਾਰ ਉਤਾਰੇ ਸੱਚੇ ਪਾਸ਼ਾ ਪਥਰਾਂ ਨੂੰ ਵੀ ਤਾਰ ਦਿੰਦੇ ਆ ਰਹਿਮਤਾ ਕਰ ਦਿੰਦੇ ਬਖਸ਼ਿਸ਼ਾਂ ਕਰ ਦਿੰਦੇ ਸੋ ਬੜੇ ਪਿਆਰ ਨਾਲ ਪੰਕਤੀ ਪੜੋ ਗਰੀਬ ਨਵਾਜ ਸੱਚੇ ਪਾਤਸ਼ਾਹ ਕੈਸੇ ਨੇ ਸਭ ਨੂੰ ਤਾਰਨ ਵਾਲੇ ਨੇ ਜਿਨ ਨੇ ਗੁਰੂ ਦੇ ਦਰਸ਼ਨ ਕਰ ਲਏ ਗੁਰੂ ਨੇ ਉਹਦਾ ਭਲਾ ਕਰਨਾ ਜੀ ਜਿਨ ਨੇ ਡਿਠਾ ਮੇਰਾ ਸਤ ਗੁਰ ਪਹਾਉ ਕਰ ਜਿਨ ਨੇ ਡਿਠਾ ਮੇਰਾ ਸਤ ਗੁਰ ਪਾਉ ਕਰ ਜਿੰਨੀ ਡਿਠਾ ਮੇਰਾ ਸਤ ਗੁਰ ਪਾਉ ਕਰ ਜਿੰਨੀ ਡਿਠਾ ਮੇਰਾ ਸਤ ਗੁਰ ਪਾਉ ਕਰ ਤਿੰਨ ਕੇ ਸਭ ਪਾਪ ਨਿਵਾਰੀ ਤਿੰਨ ਕੇ ਸਭ ਪਾਪ ਰਾ ਸਤ ਗੁਰ ਪਾਉ ਕਰ ਜਿਨ ਨੇ ਡਠਾ ਮੇਰਾ ਸਤ ਗੁਰ ਪਾਉ ਕਰ ਮਰਦ ਕਹਿੰਦੇ ਜਿਨ੍ਹਾਂ ਨੇ ਭਾਵਨਾ ਨਾਲ ਸਤ ਗੁਰੂ ਦੇ ਦਰਸ਼ਨ ਕੀਤੇ ਸੱਚੇ ਪਾਤਸ਼ਾਹ ਨੇ ਸਾਰੇ ਹੀ ਪਾਪ ਦੂਰ ਕਰ ਦਿੱਤੇ ਜੀ ਉਹਨਾਂ ਦੇ ਜੀ ਦਾ ਕੀ ਜੀ ਹਰ ਦਰਗਹ ਤੇ ਮੁਖ ਉਜਲੇ ਉਹ ਫਿਰ ਮੁਕਤ ਹੁੰਦੇ ਆ ਦਰਗਾਹ ਵਿੱਚ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਆ ਹਾਂਜੀ ਹਰ ਦਰਗਹ ਤੇ ਮੁਖ

ਪਾਉ ਕਰ ਜਿੰਨੀ ਡਿਠਾ ਮੇਰਾ ਸਤ ਗੁਰ ਪਾਉ ਕਰ ਜਿੰਨੀ ਡਿਠਾ ਮੇਰਾ ਸਤ ਗੁਰ ਪਾਉ ਕਰ ਜਿੰਨੀ ਡਿਠਾ ਮੇਰਾ ਸਤ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵੇਖ ਲੋ ਸੰਗਤ ਜੀ ਐਸੇ ਵੱਡੇ ਸਮਰੱਥ ਗੁਰੂ ਜੀ ਦੇ ਸਾਨੂੰ ਸਿੱਖ ਬਣਨ ਦਾ ਮੌਕਾ ਮਿਲਿਆ ਗੁਰੂ ਜੀ ਦਾ ਬੇਅੰਤ ਵਾਰ ਸ਼ੁਕਰ ਕਰਨਾ ਚਾਹੀਦਾ ਹੈ ਬੇਅੰਤ ਵਾਰ ਸ਼ੁਕਰ ਕਰਨਾ ਚਾਹੀਦਾ ਗੁਰੂ ਸਾਹਮਣੇ ਰੁੱਖ ਆਏ ਮਾਰਾ ਨੇ ਰੁੱਖ ਤਾਰ ਦਿੱਤੇ ਜੀ ਸਤਿਗੁਰੂ ਦੇ ਸਾਹਮਣੇ ਪੱਥਰ ਆਏ ਮਾਰਾ ਨੇ ਪੱਥਰ ਪੂਜਨੀਕ ਕਰ ਦਿੱਤੇ ਜੀ ਜੇ ਸਤਿਗੁਰੂ ਦੇ ਸਾਹਮਣੇ ਪੰਛੀ ਆਏ ਤੇ ਮਹਾਰਾਜ ਨੇ ਪੰਛੀਆਂ ਨੂੰ ਵੀ ਸੱਚੇ ਪਾਤਸ਼ਾਹ ਨੇ ਤਾਰ ਦਿੱਤਾ ਜੀ ਤਾਰ ਦਿੱਤਾ ਕਿਉਂ ਮਹਾਰਾਜ ਆਏ ਤਾਰਨ ਵਾਸਤੇ ਸੱਚੇ ਪਾਤਸ਼ਾਹ ਤਾਰਨ ਵਾਸਤੇ ਸੰਸਾਰ ਵਿੱਚ ਆਏ ਐ ਸੋ ਸਾ ਸੰਗਤ ਦੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਰੇ ਤੋਂ ਅੱਗੇ ਜੇ ਮਹਾਰਾਜ ਉੱਥੇ ਜੰਗਲ 'ਚ ਹੀ ਬੈਠੇ ਐ ਹਾਂਜੀ ਤੰਬੂ ਲਾ ਕੇ ਦਸਵੇਂ ਪਾਤਸ਼ਾਹ ਬਹਿ ਗਏ ਤੇ ਸਾਰੇ ਸਿੰਘ ਮਹਾਰਾਜ ਦੇ ਆਲੇ ਦੁਆਲੇ ਬੈਠ ਗਏ ਤੇ ਅੱਗੋਂ ਹਣ ਜਿਹੜੀ ਗੱਲ ਹੋਏਗੀ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਦੋਂ ਕਥਾ ਸੁਣਨ